219 ਜਿਹੜੇ ਕਲੈਰिकल ਜੌਬ ਦੇ ਵਿੱਚ ਕਲਰਕਾਂ ਦੀ ਨਿਯੁਕਤੀ ਪੱਤਰ ਨੇ 26 ਜਿਹੜੇ ਨੇ ਕੰਪੈਸ਼ਨਟ ਗਰਾਉਂਡ ਤੇ ਤਰਸਦੇਹਾਰ ਤੇ ਜਿਹੜੀਆਂ ਨੌਕਰੀਆਂ ਨੇ ਉਹਦੇ ਵਿੱਚ ਲਾਇਬ੍ਰੇਰੀਅਨ ਵੀ ਨੇ ਸਾਇੰਸ ਮਿਸਟਰਸ ਵੀ ਹੈ ਚੌਕੀਦਾਰ ਵੀ ਨੇ 26 ਜਿਹੜੇ ਨੇ ਉਹ ਅੱਜ ਨਿਯੁਕਤੀ ਪੱਤਰ ਇੱਥੋਂ ਲੈ ਕੇ ਜਾਣਗੇ ਤੇ ਅੱਜ ਹੋਰ ਵੀ ਇਸ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡਾ ਜਿਹੜਾ ਅੰਕੜਾ ਹੈ ਨਿਯੁਕਤੀ ਪੱਤਰ ਦੇਣ ਦਾ ਉਹ 27000 ਨੂੰ ਟੱਪ ਗਿਆ 27042 ਹੋ ਗਿਆ ਅੱਜ 27042 ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕੰਮ ਕਰ ਰਹੇ ਨੇ ਆਪਣੇ ਆਫਿਸ ਜਾ ਰਹੇ ਨੇ ਇਹੀ ਸਾਡਾ ਵਾਅਦਾ ਸੀ ਸੁਪਨਾ ਸੀ ਤੇ ਗਰੰਟੀ ਸੀ ਜਿਸ ਵੇਲੇ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਅਸੀਂ ਪੂਰੀ ਟੀਮ ਪੰਜਾਬ ਦੇ ਵਿੱਚ ਚੋਂਨ ਪ੍ਰਚਾਰ ਕਰ ਰਹੀ ਸੀ ਤੁਸੀਂ ਵੀ ਕਿਤੇ ਨਾ ਕਿਤੇ ਕਿਸੇ ਰੋਡ ਸ਼ੋਅ 'ਚ ਜਾਂ ਕਿਸੇ ਰੈਲੀ ਦੇ ਵਿੱਚ ਸਾਨੂੰ ਦੇਖਿਆ ਜਾਂ ਸੁਣਿਆ ਹੋਊਗਾ ਤਾਂ ਅਸੀਂ ਸਭ ਤੋਂ ਪਹਿਲਾਂ ਇਹ ਕਹਿੰਦੇ ਸੀ ਕਿ ਸਭ ਤੋਂ ਪਹਿਲਾ ਕੰਮ ਹੈ ਰੋਜ਼ਗਾਰ ਦੇਣਾ ਨੌਜਵਾਨਾਂ ਨੂੰ ਕਿਉਂਕਿ ਬੇਰੁਜ਼ਗਾਰੀ ਕਈ ਬਿਮਾਰੀਆਂ ਦੀ ਜੜਾ ਹੈ ਰੋਜ਼ਗਾਰ ਮਿਲ ਜੇ ਤਾਂ ਘਰੇ ਤਾਂ ਖੁਸ਼ੀ ਹੁੰਦੀ ਹੈ ਕਬੀਲਦਾਰੀ ਤਾਂ ਲੀ ਤੇ ਚੜਦੀ ਚੜਦੀ ਹੈ ਹੋਰ ਜਿਹੜੀਆਂ ਆਲੇ ਦੁਆਲੇ ਵਾਲੀਆਂ ਜਿਹੜੀਆਂ ਆਲਮ ਤਾਂ ਉਹ ਤੋਂ ਖਿਹੜਾ ਛੁੱਟ ਜਾਂਦਾ ਤੁਸੀਂ ਕਦੇ ਕਿਸੇ ਦੋਸਤ ਤੁਹਾਡਾ ਕੋਈ ਦੋਸਤ ਜਾਂ ਕੋਈ ਰਿਸ਼ਤੇਦਾਰੀ ਚ ਕੋਈ ਐਹੋ ਜੇ ਬੰਦੇ ਨੂੰ ਜਾਣਦੇ ਆ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਡਰੱਗ ਵੀ ਲੈਂਦਾ ਹੋਵੇ ਇਹ ਹੋ ਹੀ ਨਹੀਂ ਸਕਦਾ ਕੁਕੁਦ ਕੋ ਟਾਈਮ ਹੀ ਨਹੀਂ ਹੁੰਦਾ ਜੀ ਉਹ ਆਪਣੀ ਜੌਬ ਤੋਂ ਆਉਂਦਾ ਆ ਕੇ ਬੱਚਿਆਂ ਨਾਲ ਪਰਿਵਾਰ ਨਾਲ ਨਾ ਧੋ ਕੇ ਰੋਟੀ ਖਾ ਕੇ ਸੌਂ ਜਾਂਦਾ ਅਗਲੇ ਦਿਨ ਫਿਰ ਕੰਮ ਤੇ ਜਾਂਦਾ ਹੈ ਇਹ ਸ਼ੁਰੂ ਕਿੱਥੋਂ ਹੁੰਦਾ ਹੈ ਜਿਹੜਾ ਡਰੱਗਸ ਦਾ ਜਾਂ ਹੋਰ ਗਲਤ ਪੂਰੀ ਸੰਗਤ ਚ ਪੈਣ ਦਾ ਕੰਮ ਪੰਜਾਬੀ ਦੀ ਕਹਾਵਤ ਹੈ ਵੇਲਾ ਮਨ ਸ਼ੈਤਾਨੀ ਦਾ ਕਰ ਜਦੋਂ ਉਹ ਵੇਲਾ ਹੁੰਦਾ ਵਿਲੇ ਦੇ ਨਾਲ-ਨਾਲ ਉਹ ਫਰਸਟ੍ਰੇਟਡ ਵੀ ਹੈ ਕਿ ਅੱਖਾਂ ਗਾਲ ਲੀਆਂ ਯਾਰ ਕਿਤਾਬਾਂ ਪੜ੍ਹ-ਪੜ੍ਹ ਕੇ ਪੇਪਰ ਦੇ ਦੇ ਕੇ ਕੁਝ ਬਣਿਆ ਨਹੀਂ ਜ਼ਿੰਦਗੀ 'ਚ ਤਾਂ ਉਹਦੇ ਆਲੇ-ਦੁਆਲੇ ਅਵੇਲੇਬਲ ਨੇ ਬੁਰੀ ਸੰਗਤ ਵਾਲੇ ਉਹਨਾਂ ਨੂੰ ਇਹ ਜਿਹਾ ਕਿਚਾ ਹੀ ਚਾਹੀਦੇ ਹੁੰਦੇ ਆ ਉਹ ਕਹਿੰਦਾ ਛੱਡ ਕੁਝ ਨਹੀਂ ਹੁੰਦਾ ਤੂੰ ਆਹ ਦੇਖ ਤੂੰ ਥੋੜਾ ਜਿਹਾ ਚੈੱਕ ਕਰਕੇ ਉੱਥੋਂ ਬਸ ਸ਼ੁਰੂਆਤ ਹੋ ਜਾਂਦੀ ਹੈ ਫਿਰ ਉਹ ਐਸਾ ਦਲਦਲ ਦੇ ਵਿੱਚ ਤਸਦਾ ਜਾਂਦਾ ਹੈ ਕਿ ਉਹ ਚੋਰੀਆਂ ਤੋਂ ਬਾਅਦ ਫਿਰ ਇਥੋਂ ਤੱਕ ਕਿ ਮਾਂ ਪਿਓ ਦੇ ਕਤਲਾਂ ਤੱਕ ਵੀ ਗੱਲ ਚ ਰਹੀ ਜਾਂਦੀ ਜੜ ਬੇਰਜ਼ਗਾਰੀ ਸੋ ਅਸੀਂ ਜੜ ਨੂੰ ਹੱਥ ਪਾਇਆ ਪਹਿਲਾਂ ਕਿ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਲੈਪਟਾਪ ਕੰਪਿਊਟਰ ਆਈਪੈਡ ਨੌਕਰੀਆਂ ਦੇ ਨਿਯੁਕਤੀ ਪੱਤਰ ਤੇ ਇੰਟਰਨੈਸ਼ਨਲ ਖੇਡ ਮੁਕਾਬਲਿਆਂ ਦੇ ਸੋਨੇ ਦੇ ਮੈਡਲ ਤੇ ਚਾਂਦੀ ਦੇ ਮੈਡਲ ਚਾਹੀਦੇ ਆ ਉਹਨਾਂ ਦੇ ਹੱਥਾਂ ਚੋਂ ਟੀਕੇ ਖੋ ਕੇ ਟਿਫਨ ਫੜਾਈਏ ਅਕਸਰ ਮੈਂ ਕਹਿੰਦਾ ਹੁੰਦਾ ਸੀ ਤੇ ਅੱਜ ਤੁਹਾਡੇ ਪਰਿਵਾਰਾਂ ਦੇ ਸੁਪਨੇ ਪੂਰੇ ਹੋ ਰਹੇ ਨੇ ਬਹੁਤ ਸਾਰੇ ਘਰਾਂ ਦੇ ਵਿੱਚ ਪਹਿਲੀ ਵਾਰ ਨੌਕਰੀ ਮਿਲ ਰਹੀ ਹੈ ਔਰ ਮੈਰਿਟ ਦੇ ਆਧਾਰ ਤੇ ਮਿਲ ਰਹੀ ਹੈ ਕੋਈ ਕਿਸੇ ਕੋਲ ਜਾਣਤਾ ਨਹੀਂ ਪਿਆ ਜੀ ਕੋਈ ਐਮਐਲ ਲੱਭ ਕੇ ਜਾਂ ਕਿਸੇ ਮਾਮੇ ਫੁੱਫਣ ਨੂੰ ਕਹਿ ਕੇ ਕਿਤੇ ਕੋਈ ਜੁਗਾਰ ਜੂੜਤਾ ਨਹੀਂ ਕਰਨਾ ਪਿਆ ਨਾ ਕੋਈ ਪੈਸੇ ਕਿਸੇ ਨੂੰ ਦੇ ਕੇ ਵੀ ਕਰਾ ਦੇ ਕਰਾ ਦੇ ਕੰਮ ਨਹੀਂ ਕਰਨਾ ਪਿਆ ਨਾ ਦੱਸ ਦੋ ਜੀ ਹੈਗਾ ਨਹੀਂ ਅਸੀਂ ਕੋਈ ਵਿਤਕਰੇ ਇਸ ਇਸ ਕਿਸਮ ਦਾ ਕਰਦੇ ਆ ਮੈਂ ਇਸੇ ਹਾਲ ਦੇ ਵਿੱਚ ਬਹੁਤ ਵਾਰੀ ਆਇਆ ਮੈਂ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਕਿ ਹਰ ਦਸਵੇਂ ਦਿਨ ਗੇੜਾ ਹੁੰਦਾ ਇੱਥੇ ਨਿਯੁਕਤੀ ਪੱਤਰ ਦੇਣ ਦਾ ਹੁਣ ਆਉਣ ਵਾਲੇ ਦਿਨਾਂ 'ਚ ਫੇਰ ਹੋਊਗਾ ਹੋਰ ਤਿਆਰ ਨੇ ਨੌਕਰੀਆਂ ਬਸ ਥੋੜੇ ਜਿਹਾ ਲੀਗਲ ਥੋੜੇ ਜਿਹਾ ਅਰਚਨਾ ਨੇ ਉਹ ਪੂਰੀਆਂ ਜਿਹੜੀਆਂ ਨੇ ਕਰ ਦਈਏ ਦੇਖੋ ਅਸੀਂ ਨਹੀਂ ਚਾਹੁੰਦੇ ਕਿ ਤੁਹਾਨੂੰ ਨੌਕਰੀ ਤਾਂ ਦੇ ਦਈਏ ਪਰ ਤੁਸੀਂ ਦਫ਼ਤਰ ਦੀ بجائے ਕਚਹਿਰੀ ਜਾਓ ਪਹਿਲਾਂ ਕੋਈ ਕੋਈ ਰਿੱਟ ਪਾ ਦੇਗਾ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਸਕਦਾ ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਿੱਧੇ ਕੰਮ ਤੇ ਜਾਓ ਤੁਹਾਡਾ ਲੀਗਲੀ ਰਸਤਾ ਸਾਫ਼ ਕਰਨਾ ਸਰਕਾਰ ਦਾ ਫਰਜ਼ ਹੈ ਨਹੀਂ ਤਾਂ ਜੇ ਅਸੀਂ ਕਰਨਾ ਹੋਵੇ ਕੀ ਜੀ ਗਿਣਤੀ ਉਹ ਵਧਾਉਣੀ ਆ ਕਰ ਦਿਓ ਸਾਰਿਆਂ ਨੂੰ ਇਹਨਾਂ ਨੂੰ ਕੱਚਾ ਨੂੰ ਪੱਕਾ ਕਰ ਦਿਓ ਜੀ ਤੇ ਨੌਕਰੀ ਦੇ ਆ ਕਰ ਦਿਓ ਜੀ ਨੌਸੈਂਦੀਆਂ ਨੌਕਰੀ ਦੇਤੇ ਨਹੀਂ ਜਿੰਨੇ ਹੋ ਸਕਦੇ ਨੇ ਅਸੀਂ ਕੱਲੇ-ਕੱਲੇ ਦਾ ਕੇਸ ਫਾਲੋ ਕਰਦੇ ਆ ਕਿ ਕਿਤੇ ਕੋਈ ਅੜਿਚਣ ਨਾ ਆ ਜਾਏ ਸੋ ਇਸ ਕਰਕੇ ਬਿਲਕੁਲ ਪੱਕੇ ਪੈ ਰਹੀ ਅਸੀਂ ਉਹ ਜੋਬ ਲੈਟਰ ਦਿੰਨੇ ਆ ਕਈ ਵਾਰੀ ਇੱਕ ਇੱਕ ਵਾਰੀ ਕਿਹਾ ਇਹ ਅਸੀਂ ਕਿਸੇ ਡਿਪਾਰਟਮੈਂਟ ਦੇ ਇੱਥੇ ਮੈਂ ਨਿਯੁਕਤੀ ਪੱਤਰ ਦੇਣੇ ਸੀ ਉਹ ਸੀਗੇ ਮੇਰੇ ਖਿਆਲ ਚ 612 ਤੇ ਮੈਨੂੰ 2 ਦਿਨ ਪਹਿਲਾਂ ਮੇਰੇ ਇੱਕ ਐਮਐਲਏ ਦਾ ਫੋਨ ਆਇਆ ਕਹਿੰਦੇ ਜਿਹੜੇ 612 ਐਮਐਲਏ ਐਮਐਲਏ ਕਹਿੰਦੇ ਜਿਹੜੇ 612 ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣੇ ਨੇ ਉਹ ਜਿੱਕ ਆਪਣਾ ਮੁੰਡਾ ਹੈ ਜੀ ਮੈਂ ਅੱਛਾ ਜੀ ਵਧੀਆ ਗੱਲ ਹੈ ਨਹੀਂ ਜੀ ਕਹਿੰਦਾ ਤਿੰਨ ਨੰਬਰਾਂ ਤੇ ਰਹਿ ਗਿਆ ਉਹ ਤਿੰਨ ਨੰਬਰ ਘਟਨੇ ਉਹ ਰਹਿ ਗਿਆ ਮੈਂ ਕਿਹਾ ਫਿਰ ਕਹਿੰਦੇ ਦੇਖੋ ਜੀ ਕਰੋ ਕੋਈ ਅਡਜਸਟਮੈਂਟ ਮੈਂ ਕੀ ਕਰੀਏ ਬਈ ਟੋਟਲ ਹੈ ਹੀ ਜਦੋਂ ਪੋਸਟਿੰਗ ਤੇ 612 ਨੇ ਕਹਿੰਦੇ ਜਮੇ ਆਪਣਾ ਜੀ ਉਹ ਤਾਂ ਮਜਰੂ ਤਾਂ ਠੀਕ ਹੈ ਚਲੋ ਤਾਂ ਠੀਕ ਹੈ ਕਿਵੇਂ ਕਰੀਏ ਕਹਿੰਦੇ ਇੱਕ ਨੂੰ ਕੱਟ ਦੋ ਇੱਕ ਦਾ ਨਾ ਕੱਟ ਕੇ ਉਹਨਾਂ ਪਾ ਦੋ ਮੈਂ ਕਹ ਜੀ ਐਮਐਲ ਸਾਹਿਬ ਇਹ ਮੁੰਡਾ ਜਮੇ ਆਪਣਾ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਕਿਹਨੂੰ ਪਾ ਦਿਓ ਲਿਸਟ ਦੇ ਵਿੱਚ ਜਿਹਦਾ ਨਾਂ ਕਟਾਂਗੇ ਉਹ ਕੀਦਾ ਜੀ ਫਿਰ ਉਹ ਵੀ ਤਾਂ ਆਪਣਾ ਹੀ ਹੈ ਉਹ ਪੰਜਾਬ ਦਾ ਪੁੱਤ ਉਹਦੀ ਮਾਂ ਨੇ ਵੀ ਦੁਆਵਾਂ ਮੰਗੀਆਂ ਹੋਣੀਆਂ ਅਰਦਾਸਾਂ ਕੀਤੀਆਂ ਹੋਣੀਆਂ ਉਹਦੀ ਮਾਂ ਨੇ ਵੀ ਅੱਜ ਉਹਨੂੰ ਸਵੇਰੇ ਪਰ ਪਰਸੋਂ ਨੂੰ ਮਤਲਬ ਕੋਈ ਪਾ ਦੋ ਦਿਨ ਪਹਿਲਾਂ ਦੀ ਗੱਲ ਹੈ ਉਹਦੀ ਮਾਂ ਵੀ ਪਰਸੋਂ ਨੂੰ ਮੈਂ ਕਿਹਾ ਖੰਡ ਵਾਲਾ ਦਹੀਂ ਮੂੰਜ ਪਾ ਕੇ ਉਹਨੂੰ ਭੇਜੂਗੀ ਜਮ ਜੱਟ ਖੰਡਾੜੀ ਦੇ ਹਿੰਦਾਂ ਨੂੰ ਜਾ ਪੁੱਤ ਨੌਕਰੀ ਲੈ ਕੇ ਆ ਆਪਣੇ ਕਬੀਲਦਾਰੀ ਸੁਦਰਜੀੂ ਭੈਣ ਦਾ ਵਿਆਹ ਕਰ ਦਾਂਗੇ ਆ ਕਰਜਾ ਲਾ ਦਾਂਗੇ ਇਹ ਆ ਫੀਸ ਭਰ ਦਾਂਗੇ ਮੈਂ ਕਿਹਾ ਵੀ ਉਹਨੂੰ ਕਹਿ ਦੇ ਇੱਕ ਇੱਕ ਅਟੈਂਪਟ ਹੋਰ ਕਰ ਅਗਲਾ ਮੌਕਾ ਹੈਗਾ ਅਗਲੀ ਵਾਰ 10 ਨੰਬਰ 15 ਨੰਬਰ ਵੱਧ ਲੈ ਕੇ ਆਪਣੇ ਆਪ ਵਿੱਚ ਆ ਜਾ ਨਾ ਸੋ ਅਸੀਂ ਕਦੇ ਵੀ ਕਿਸੇ ਦਾ ਮੈਂ ਨਹੀਂ ਕਰਦਾ ਇਹ ਕੰਮ ਕਿਉਂਕਿ ਆਪਣਾ ਹੀ ਬੰਦਾ ਹੈ ਸਾਰਾ 3 ਕਰੋੜ ਪੰਜਾਬੀ ਹੋਈ ਆਪਣੇ ਨੇ ਜਦੋਂ ਕਿਹਨੂੰ ਕਟੋਗੇ ਤੁਸੀਂ ਵਿਚੋਂ ਨਾਮ ਸੋ ਕਿਸੇ ਭਾਰਤ ਦਰਸ਼ਕਾ ਜਿਹੜੀ ਹੈ ਉਹਨੂੰ ਅਸੀਂ ਲਾਗੂ ਕਰਾਂਗੇ ਇੱਕ ਹੋਰ ਪਰਿਵਾਰ ਆਇਆ ਸਾਡੇ ਐਮਐਲਏ ਸਾਹਿਬ ਨੇ ਦੱਸਿਆ ਸਨ ਵਿਧਾਨ ਸਭਾ ਚ ਬੋਲਦੇ ਸੀ ਫਿਰੋਜ਼ਪੁਰ ਦਿਹਾਤੀ ਤੋਂ ਐਮਐਲਏ ਨੇ ਸਾਡੇ ਉਹ ਕਹਿੰਦੇ ਜੀ ਦਿਲੀਪ ਸਿੰਘ ਨਾਂ ਦਾ ਇੱਕ ਗਰੀਬ ਪਰਿਵਾਰ ਹੈ ਦਲਿਤ ਪਰਿਵਾਰ ਹੈ ਉਹ ਦੋ ਡੱਬੇ ਲੈ ਕੇ ਆ ਗਿਆ ਬਰਫੀ ਦੇ ਐਮਐਲਏ ਕੋਲੇ ਕਹਿੰਦੇ ਜੀ ਕਾਦੇ ਨੇ ਇਹ ਉਹ ਕਹਿੰਦਾ ਜੀ ਮੇਰੀ ਨੂੰ ਨੂੰ ਨੌਕਰੀ ਮਿਲ ਗਈ ਪੇਪਰ ਦਿੱਤੇ ਸੀ ਉੱਚ ਆ ਗਿਆ ਨੰਬਰ ਤੇ ਨੌਕਰੀ ਮਿਲ ਗਈ ਉਹਨੂੰ ਕਹਿੰਦਾ ਮੇਰੀ ਬੇਟੀ ਨੂੰ ਵੀ ਨੌਕਰੀ ਮਿਲ ਗਈ ਅੱਛਾ ਜੀ ਬੜੀ ਵਧੀਆ ਗੱਲ ਕਹਿੰਦੇ ਵੀ ਚੱਲ ਇੱਕ ਡੱਬਾ ਦੇ ਦੇ ਕਹਿੰਦਾ ਨਹੀਂ ਜੀ ਇੱਕ ਐਮਐਲਏ ਸਾਹਿਬ ਤੁਹਾਡਾ ਇੱਕ ਭਗਵਾਨਤ ਮਾਨ ਤੱਕ ਪਹੁੰਚਾ ਦਿਓ ਵੀ ਮੇਰੇ ਘਰੇ ਦੋ ਨੌਕਰੀਆਂ ਮਿਲ ਗਈਆਂ ਹੁਣ ਜੇ ਮੇਰੀ ਬੇਟੀ ਨੂੰ ਨੌਕਰੀ ਮਿਲ ਗਈ ਤਾਂ ਓਬਵੀਅਸਲੀ ਫਿਰ ਜਿਹੜਾ ਮੁੰਡਾ ਜਿੱਥੇ ਵਿਆਹਣੀ ਆ ਉਹ ਮੁੰਡਾ ਵੀ ਕੋਈ ਨਾ ਕੋਈ ਨੌਕਰੀ ਕਰਦਾ ਹੋਊਗਾ ਤਾਂ ਕਰ ਲੀਤੇ ਆ ਜਾਂਦਾ ਸਾਰਾ ਬਦਲ ਹੀ ਜਾਂਦਾ ਨਕਸ਼ੇ ਬਦਲ ਜਾਂਦੇ ਨੇ ਸੋ ਕਹਿੰਦਾ ਜੀ ਮੈਂ ਉਹਨੂੰ ਜਾਣਦਾ ਨਹੀਂ ਸੀ ਉਹਨੇ ਮੈਨੂੰ ਜਦੋਂ ਪਿੰਡ ਦੱਸਿਆ ਤਾਂ ਮੈਂ ਉਹਨੂੰ ਜਾਣਨ ਲੱਗਿਆ ਇਹਦਾ ਮਤਲਬ ਇਹ ਸਿੱਧ ਹੁੰਦਾ ਕਿ ਉਹ ਐਮਐਲਏ ਕੋਲੇ ਨੌਕਰੀ ਮੰਗਣ ਵਾਸਤੇ ਸਪਾਰਸ਼ ਲਾਉਣ ਨਹੀਂ ਆਇਆ ਨੌਕਰੀ ਲੈਣ ਤੋਂ ਬਾਅਦ ਬਰਫੀ ਦਾ ਡੱਬਾ ਦੇਣ ਆਇਆ ਐਮਐਲਏ ਸੋ ਸਾਡਾ ਟੀਚਾ ਹੈ এডੂਕੇਸ਼ਨ ਤਾਂ ਖਾਸ ਤੌਰ ਤੇ ਮੈਨੂੰ ਮਿਲਦੇ ਰਹਿੰਦੇ ਸਿੱਖਿਆ ਪ੍ਰੋਵਾਈਡਰ ਮਿਲਦੇ ਆ ਰੋਜ਼ ਮਿਲਦੇ ਆ ਕੁੜੀਆਂ ਬਹੁਤ ਮਿਲੀਆਂ ਸਿੱਖਿਆ ਪ੍ਰੋਵਾਈਡਰ ਹੋਣ ਲੱਗ ਜਾਂਦੀਆਂ ਨੇ ਕਿ ਜੇ ਐਨੇ ਸਾਲ ਹੋ ਗਏ 6000 ਰੁਪਏ ਤਨਖਾਹ ਹੈ ਜੀ 8000 ਰੁਪਏ ਤਨਖਾਹ ਹੈ ਦਾ ਸੇਰਪੇਤਨਾ ਸਿੱਖਿਆ ਪ੍ਰੋਵਾਈਡਰ ਤਾਂ ਮੈਂ ਉਹਨਾਂ ਨਾਲ ਵਾਅਦਾ ਕੀਤਾ ਮੈਂ ਤੁਸੀ ਤੁਹਾਡਾ ਨੋਟੀਫਿਕੇਸ਼ਨ ਜਲਦੀ ਹੋਊਗਾ ਥੋੜੇ ਜਿਹੇ ਦਿਨ ਹੋਰ ਦੇ ਦਿਓ ਉਹੀ ਜਿਹੜਾ ਲੀਗਲ ਵਾਲੇ ਕਰ ਲਏ ਸੀ ਪੂਰੇ ਸਾਨੂੰ ਵੀ ਪਤਾ 6 8 10000 ਨਾ ਕੀ ਹੁੰਦਾ ਅੱਜ ਕੱਲ ਤਾਂ ਉਹਨਾਂ ਨੂੰ ਵੀ ਹਾਈਲੀ ਪੇਡ ਜਿਹੜੀ ਨੌਕਰੀ ਹੋਊਗੀ ਉਹੀ ਸੇਮ ਸਿੱਖਿਆ ਪ੍ਰੋਵਾਈਡਰ ਦੀ ਉਹ ਅਪ੍ਰੈਲ ਵਾਲੇ ਮਹੀਨੇ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਕੇ ਉਹਨਾਂ ਨੂੰ ਜਿਹੜੇ ਵਿਚ ਵਿਚਾਲੇ ਵਾਲੇ ਠੇਕੇਦਾਰ ਖਾਂਦੇ ਸੀ ਪੈਸੇ ਜਾਂ ਕੋਈ ਜੋਲੇ ਸੀਗੇ ਉਹ ਕੱਟ ਕੇ ਸਿੱਧੇ ਉਹਨਾਂ ਦੀ ਵੀ ਜੀ ਤਨਖਾਹ ਹੈ ਉਹ 25000 ਉਹ 30000 35000 ਹੋਣੀ ਚਾਹੀਦੀ ਹੈ ਤਾਂ ਕਿ ਕਰਦਾ ਖਰਚਾ ਤਾਂ ਚੱਲੇ ਅੱਜ ਦੇ ਮਹਿੰਗਾਈ ਦੇ ਜ਼ਮਾਨੇ 'ਚ ਉਹ ਵੀ ਜਲਦੀ ਹੋ ਜਾਊਗਾ ਸਿੱਕਾ ਪ੍ਰੋਵਾਈਡਰਸ ਵਾਲਾ ਕੰਮ ਜਿਹੜਾ ਮੇਰੇ ਤਾਂ ਰੱਟੇ ਪੈਨੇ ਸਾਰੇ ਇਦਾਂ ਮੈਨੂੰ ਫਾਈਲਾਂ ਖੋਲਣ ਦੀ ਲੋੜ ਨਹੀਂ ਕਿਉਂਕਿ ਮੈਂ ਥੱਲੋਂ ਆਇਆ ਹੋਇਆ ਨਾ ਗਰਾਊਂਡ 'ਚੋਂ ਉਹ ਪੱਤਰਕਾਰ ਮੈਨੂੰ ਜਦੋਂ ਮੈਂ ਪਹਿਲੀ ਵਾਰ ਐਮਪੀ ਬਣਿਆ ਪੱਤਰਕਾਰ ਮੈਨੂੰ ਕਹਿੰਦੇ ਜੀ ਆਪ ਬਹੁਤ ਉਚਾਈ ਪਰ ਚਲੇ ਗਏ ਹਨ ਮਨੇ ਕਹ ਅੱਛਾ ਜੀ ਦੱਸੋ ਨਹੀਂ ਆਪਕੋ ਡਰਨੇ ਲੱਗਦਾ ਮਨੇ ਕਿਸ ਬਾਤ ਸੇ ਨਹੀਂ کہیں ਆਪ ਨੀਚੇ ਆ ਗਏ ਤੋ ਮੈਂ ਕਹ ਜੀ 40 40 ਫੁੱਟ ਡੂੰਗੇ ਬੋਰ ਦੇ ਟੋਏ ਚ ਆਏ ਆ ਉਦੋਂ ਥੱਲੇ ਤਾਂ ਪਾਣੀ ਹੈ ਜੀ ਹੁਣ ਹੁਣ ਇਦੋਂ ਥੱਲੇ ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਨਾ ਗਰਾਈਆਂ ਤੋਂ ਡਰ ਲੱਗਦਾ ਥੱਲੇ ਨਿਕਲੇ ਹੋਏ ਆ ਜੀ ਹਰ ਫੀਲਡ ਦੇ ਵਿੱਚ ਦੋ ਕਿਸਮ ਦੇ ਬੰਦੇ ਹੁੰਦੇ ਆ ਜੀ ਭਾਵੇਂ ਉਹ ਰਾਜਨੀਤੀ ਐ ਭਾਵੇਂ ਬਿਜ਼ਨਸ ਐ ਭਾਵੇਂ ਬਾਲੀਵੁੱਡ ਵਾਲੇ ਨੇ ਜਿਹੜਾ ਮਰਜ਼ੀ ਫਿਲਮ ਦੇ ਦੋ ਕਿਸਮ ਦੇ ਬੰਦੇ ਹੁੰਦੇ ਨੇ ਗ੍ਰਾਸ ਰੂਟਸ ਤੇ ਪੈਰਾਸ਼ੂਟਰਸ ਫਰਕ ਸਿਰਫ ਇੰਨਾ ਕਹ ਹੈ ਗ੍ਰਾਸ ਰੂਟਰ ਸਿਰਫ ਉੱਪਰ ਨੂੰ ਜਾ ਸਕਦੇ ਨੇ ਪੈਰਾਸ਼ੂਟਰ ਸਿਰਫ ਥੱਲੇ ਨੂੰ ਆ ਸਕਦੇ ਨੇ ਦੁਨੀਆ ਦੀ ਕੋਈ ਪੈਰਾਸ਼ੂਟ ਉੱਪਰ ਨਹੀਂ ਲੈ ਕੇ ਜਾਂਦੀ ਸੇਫਲੀ ਲੈਂਡ ਕਰਾਉਂਦੀ ਐ ਔਰ ਜਦੋਂ ਉਹਨਾਂ ਦੇ ਆਕਾਮਾਂ ਦਾ ਹੱਥ ਉਸ ਪੈਰਾਸ਼ੂਟ ਤੋਂ ਉੱਠ ਜਾਂਦਾ ਤਾਂ ਜਿਹੜੇ ਗਰਾਸੂ ਪੈਰਾਸ਼ੂਟਰ ਹੁੰਦੇ ਨੇ ਉਹ ਥੱਲੇ ਉਤਰ ਜਾਂਦੇ ਨੇ ਬੜੇ ਐਗਜ਼ਾਮਪਲਾਂ ਪਈਆਂ ਹੋ ਵੀ ਜਦੋਂ ਬਾਪੂ ਦਾ ਹੱਥ ਉੱਠ ਖੜਿਆ ਮੁੰਡਾ ਤੇ ਸਾਰਾ ਤਬਰੀ ਖਤਮ ਪੈਰਾਸ਼ੂਟਰ ਸੀਗੇ ਗਰਾਸੂਟਰ ਨਹੀਂ ਸੀਗੇ ਕਦੇ ਗਏ ਨਹੀਂ ਲੋਕਾਂ ਚ ਲੋਕਾਂ ਨੂੰ ਦੁੱਖ ਹੀ ਨਹੀਂ ਪਤਾ ਜਿਹੜੇ ਲੋਕਾਂ ਜਾਊਗਾ ਉਹਨਾਂ ਲੋਕਾਂ ਨੂੰ ਦਰਦ ਪਤਾ ਹੋਊਗਾ ਸੁਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਗ੍ਰਾਸ ਰੂਟਰ ਹੋ ਮੈਂ ਵੀ ਗ੍ਰਾਸ ਰੂਟਰ ਆ ਜਾਂ ਆਪਣੇ ਕੋਲ ਤਾਂ ਤਰੱਕੀ ਕਰਨ ਵਾਸਤੇ ਤਾਂ ਹੀ ਤਾਂ ਹੈ ਬਸ ਅਸਮਾਨ ਸਾਰਾ ਖਾਲੀ ਪਿਆ ਜੌਬ ਮਿਲ ਗਈ ਕਲਰਕ ਦੀ ਨਾਲ-ਨਾਲ ਯੂਪੀਐਸਸੀ ਦੀ ਤਿਆਰੀ ਕਰ ਲੋ ਨਾਲ-ਨਾਲ ਪੀਸੀਐਸ ਦੀ ਤਿਆਰੀ ਕਰ ਲੋ ਤੇ ਇਹ ਇਹਨੂੰ ਤੁਸੀਂ ਮੰਜ਼ਲ ਨਾ ਮੰਨਿਓ ਕਹਿੰਦੇ ਵੀ ਕਦੇ ਵੀ ਕਿਸੇ ਬਿਲਡਿੰਗ ਦੇ ਉੱਤੇ ਚੜ੍ਹ ਕੇ ਉਹਨੂੰ ਛੱਤ ਨਹੀਂ ਕਹਿਣਾ ਚਾਹੀਦਾ ਕੋਈ ਪਤਾ ਨਹੀਂ ਕਦੋਂ 4 ਮੰਜ਼ਲਾਂ ਹੋਰ ਉੱਪਰ ਪਹੁੰਚ ਜਾਣ ਉਹਦੇ ਵਿਚਾਲੇ ਆ ਜੂ ਫਿਰ ਜਿਹੜੀ ਛੱਤ ਕਹਿੰਦੇ ਸੀ ਤੁਸੀਂ ਸੋ ਇਸ ਕਰਕੇ ਹੋਰ ਤਰੱਕੀਆਂ ਦੇ ਬਹੁਤ ਮੌਕੇ ਨੇ ਹੁਣ ਜੌਬ ਕਰਨ ਦਾ ਨਵੇਂ ਦਮੀ ਦੁਨੀਆ ਜਾਓਗੇ ਨਵੇਂ ਕੁਲੀਗ ਮਿਲਣਗੇ ਉੱਥੇ ਜਾ ਕੇ ਕੰਮ ਕਰਨ ਦਾ ਸਿੱਖਣ ਦਾ ਬਹੁਤ ਮੌਕਾ ਮਿਲੂਗਾ ਇਹ ਨਾ ਕਰ ਲਿਓ ਕਿ ਬਸ ਬਣ ਗਏ ਹੁਣ ਘਰੋਂ ਕੰਮ ਤੇ ਕੰਮ ਤੋਂ ਕਰੇ ਪਾਸ ਪਾਸ ਦਾ ਬਹੁਤ ਵਧੀਆ ਸ਼ੇਅਰ ਹੈ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ ਘਰੋਂ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸੁਪਨੇ ਜ਼ਰੂਰ ਰੱਖਣੇ ਚਾਹੀਦੇ ਆ ਜੇ ਇੱਕ ਗੋਲ ਅਚੀਵ ਕਰ ਲਿਆ ਤਾਂ ਕੋਈ ਹੋਰ ਗੋਲ ਬਣਾਓ ਮੈਂ ਹੁਣ ਆਹ ਬਣੂੰਗਾ ਹੁਣ ਮੈਂ ਇੱਥੇ ਤੱਕ ਜਾਣਾ ਕਿੱਥੋਂ-ਕਿੱਥੋਂ ਲੋਕ ਆਏ ਹੋਏ ਨੇ ਜੀ ਕਿੰਨੀਆਂ ਕਹਾਣੀਆਂ ਆਪਾਂ ਲੋਕਾਂ ਦੀਆਂ ਪੜਦੇ ਆ ਕਿ ਇੱਥੋਂ ਸ਼ੁਰੂ ਕੀਤਾ ਸੀ ਕੰਮ ਜੀ ਅੱਜ ਐਨਾ ਹੋ ਗਿਆ ਜੀ ਜੂ ਤਰੱਕੀਆਂ ਵਾਸਤੇ ਕਦੇ ਵੀ ਰਸਤੇ ਬੰਦ ਨਹੀਂ ਕਰਨੇ ਅਸੀਂ ਵੀ ਸਾਰੇ ਨਾਨ ਪੋਲੀਟਿਕਲ ਬੈਕਗ੍ਰਾਉਂਡ ਚੋਂ ਆਏ ਹੋਏ ਆ ਕਦੇ ਸੋਚਿਆ ਹੀ ਨਹੀਂ ਸੀ ਇਹ ਬੇ ਇੱਧਰ ਵੀ ਆਵਾਂਗੇ ਉਹੀ ਗੱਲ ਐ ਸੋਚਿਆ ਸੋਚਣਾ ਹੋਈ ਐ ਜੋ ਸੋਚਿਆ ਲੱਖ ਵਾਰ ਸੋਚ ਕੇ ਨਹੀਂ ਹੁੰਦਾ ਕੰਮ ਸੱਚਾ ਦਿਲ ਸੱਚੀ ਨੀਅਤ ਡੇਢ ਰਾਧਾ ਰੱਖੋ ਜਿਹੜੇ ਕੰਮ ਨੂੰ ਫਿਰ ਕਰਨਾ ਚਾਹੁੰਨੇ ਪਰਮਾਤਮਾ ਸਾਥ ਦਿੰਦਾ ਹੈ ਜੇ ਕ ਜੇ ਜੇ ਤੁਸੀਂ ਰੱਖੋਗੇ ਇੱਕ ਨਾਲ ਹੋਰ ਕੰਮ ਕਿ ਚਲ ਕੋਈ ਨਹੀਂ ਇੱਧਰ ਦੇਖ ਲੈਣੇ ਆ ਜੇ ਬਣ ਗਿਆ ਠੀਕ ਨਹੀਂ ਤਾਂ ਇੱਧਰ ਫਿਰ ਦੋਨੇ ਨਹੀਂ ਹੋਣੇ ਮਜ਼ਾਕ ਵੀ ਚੱਲਨੇ ਪੈਂਦੇ ਨੇ ਲੋਕਾਂ ਦੇ ਤਾਨੇ ਮਿਹਣੇ ਜਾਂ ਟੌਂਚ ਜਿਹੜੀ ਹੁੰਦੀ ਹੈ ਉਹ ਚੱਲਣੀ ਪੈਂਦੀ ਹੈ ਦੇਖਾਂਗੇ ਜਿੱਦੇ ਦੁਆ ਬਣ ਗਿਆ ਉਹਨਾਂ ਦੀ ਪਰਵਾਹ ਨਹੀਂ ਕਰਨੀ ਜਿੱਦ ਦੇ ਬਣ ਜਾਣੇ ਹੋ ਨਾ ਸਭ ਤੋਂ ਪਹਿਲਾਂ ਲਾਈਨ 'ਚ ਉਹੀ ਖੜੇ ਹੁੰਦੇ ਨੇ ਕਮਾਂਲ ਕਰਤੀ ਮੈਨੂੰ ਤਾਂ ਪਹਿਲਾਂ ਪਤਾ ਸੀ ਤੂੰ ਬਣੇਗਾ ਮੈਨੂੰ ਰੋਜ਼ ਮਿਲਦੇ ਆਇਆ ਜੀ ਪਹਿਲਾਂ ਕਹਿੰਦੇ ਸੀ ਲਾ ਉਹ ਤੂੰ ਛੱਡ ਪਰੇ ਇੰਨਾ ਕੰਮ ਉਹ ਵੱਡੇ ਬੰਦਿਆਂ ਦਾ ਕੰਮ ਹੈ ਉਹਨਾਂ ਨਾਲ ਕਿੱਥੋਂ ਮੁਕਾਲਾ ਟੱਕਰ ਅੱਜ ਕਹਿੰਦੇ ਨੇ ਓਹ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਮੈਨੂੰ ਤਾਂ ਬਲੱਗ ਗਿਆ ਜੀ ਪਤਾ ਮੈਂ ਚਲੋ ਜੀ ਧੰਨਵਾਦ ਮਿਹਰਬਾਨੀ ਜੀ ਸੋ ਅੱਜ ਤੁਹਾਡਾ ਸਿੱਖਿਆ ਦੇ ਖਾਸ ਤੌਰ ਤੇ ਖੇਤਰ ਦੇ ਵਿੱਚ ਸਵਾਗਤ ਹੈ ਸਭ ਤੋਂ ਵਿਦਿਆ ਤੇ ਸਭ ਤੋਂ ਪੁੰਨ ਵਾਲਾ ਮਹਿਕਮਾ ਜੀ ਵਿਦਿਆ ਵਿਚਾਰੀ ਤੇ ਪਰਉਪਕਾਰੀ ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਫੈਲੇ ਵਿਦਿਆ ਚਾਨਣ ਹੋਏ ਕਿੰਨਾ ਕੁਝ ਆਪਾਂ ਸਕੂਲਾਂ 'ਚ ਲਿਖਿਆ ਹੋਇਆ ਪੜਦੇ ਆ ਤੁਸੀਂ ਉਸ ਡਿਪਾਰਟਮੈਂਟ ਦੇ ਵਿੱਚ ਆ ਰਹੇ ਹੋ ਡਾਕਟਰ ਭੀਮਰਾਓ ਉਮੇਦਕਰ ਜੀ ਨੇ ਕਿਹਾ ਸੀ ਕਿ ਜਿਹੜੀ ਵਿਦਿਆ ਹੈ ਜਿਹੜੀ ਐਜੂਕੇਸ਼ਨ ਹੈ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਕਿ ਜਿਹੜਾ ਉਹਨੂੰ ਪੀ ਲੂਗਾ ਉਹ ਦਹਾੜੂਗਾ ਫਿਰ ਸੋ ਡਾਕਟਰ ਭੀਮਰਾਓ ਉਮੇਦਕੀ ਜੀ ਨੇ ਆਪ ਖੁਦ ਕਿੰਨੀ ਗਰੀਬੀ ਚ ਰਹਿ ਕੇ ਪੀ ਐਚ ਡੀਆ ਕੀਤੀ ਅਮਰੀਕਾ ਤੋਂ ਲੰਡਨ ਤੋਂ ਸੋ ਟੈਲੈਂਟ ਦੇ ਅੱਗੇ ਕਲਾ ਦੇ ਅੱਗੇ ਦ੍ਰਿੜ ਇਰਾਦਿਆਂ ਦੇ ਅੱਗੇ ਕੋਈ ਗਰੀਬੀ ਜਾਂ ਮੀਰੀ ਨਹੀਂ ਹੁੰਦੀ ਸਰਕਾਰਾਂ ਦਾ ਫਰਜ਼ ਬਣਦਾ ਕਿ ਉਹ ਮੌਕਾ ਦੇ ਦੇ ਬਸ ਕਿ ਮੌਕਾ ਮਿਲ ਜਾਏ ਉਸ ਤੋਂ ਅੱਗੇ ਤੁਹਾਡਾ ਜਿਹੜਾ ਰਨਵੇ ਆ ਜਹਾਜ਼ ਵਾਲਾ ਉਹ ਜਹਾਜ਼ ਨੂੰ ਤਾਹ ਤਾਂ ਨਹੀਂ ਚੱਕ ਕੇ ਮਾਰਦਾ ਰਨਵੇ ਸਿਰਫ ਮੌਕਾ ਦਿੰਦਾ ਹੈ ਕਿ ਉੱਡਲਾ ਅੱਗੇ ਫਿਰ ਜਹਾਜ਼ ਦੇ ਇੰਜਨਾਂ ਦੇ ਡਿਪੈਂਡ ਕਰਦਾ ਹੈ ਉਹ 25 ਮਿੰਟਾਂ ਬਾਅਦ ਇੱਥੋਂ ਦਿੱਲੀ ਉਤਰਦਾ ਹੈ ਜਾਂ ਫਿਰ ਦਿੱਲੀ ਤੋਂ 14 ਘੰਟਿਆਂ ਬਾਅਦ ਜਾ ਕੇ ਸਾਨ ਫਰਾਂਸਿਸਕੋ ਉਤਰਦਾ ਇਹ ਤਾਂ ਉਹਦੇ ਇੰਜਨਾਂ ਤੇ ਡਿਪੈਂਡ ਕਰਦਾ ਪਰ ਰਨਵੇ ਜਿਹੜਾ ਉਹ ਸਿਰਫ ਮੌਕਾ ਦਿੰਦਾ ਹੈ ਪਰ ਕਲ ਹੋ ਰਹਿ ਉੱਪਰ ਚੜ ਕੇ ਰਨਵੇ ਨੂੰ ਭੁੱਲਣਾ ਨਹੀਂ ਚਾਹੀਦਾ ਉਤਰਨਾ ਵੀ ਹੁੰਦਾ ਭਾਈ ਜੜਾਂ ਯਾਦ ਰੱਖੋ ਆਪਣੀਆਂ ਕਿੱਥੋਂ ਆਏ ਆ ਕਿਹੜੇ ਪਿੰਡਾਂ ਚੋਂ ਆਏ ਆ ਪੱਕੀ ਦੇਖ ਕੇ ਕੱਚੀ ਨਹੀਂ ਢਾਈਦੀ ਹੁੰਦੀ ਆਪਣੀ ਲੋਕਾਂ ਦੀ ਪੱਕੀ ਦੇਖ ਕੇ ਕਿੱਥੋਂ ਆਏ ਆ ਕੀ ਜੜਾਂ ਨੇ ਅਬ ਤੁਹਾਡੇ ਵਰਗੇ ਹੋਰ ਬਹੁਤ ਸਾਰੇ ਉਥੀ ਹੋਣਗੇ ਇਹ ਵੀ ਜਰੂਰ ਸੋਚਿਆ ਕਰੋ ਮੈਂ 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 ਜਰੂਰ ਸੋਚਦਾ ਕਿ ਮੇਰੇ ਜਿਹੜੇ ਨਾਲ ਪੜਦੇ ਸੀ ਉਹ ਉਥੀ ਨੇ ਤਾਂ ਜੇ ਮੈਨੂੰ ਪਰਮਾਤਮਾ ਨੇ ਐਕਟੀਵਿਟੀ ਜ਼ਿੰਮੇਵਾਰੀ ਦਿੱਤੀ ਤਾਂ ਮੈਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਸੋ ਜਿਹੜਾ ਜਿਹੜਾ ਬੰਦਾ ਇਹ ਕਹਿੰਦਾ ਨਾ ਮੈਂ ਕਦੇ ਹੰਕਾਰ ਨਹੀਂ ਕਰਦਾ ਉਨੂੰ ਪੁੱਛੋ ਜਿਹੜੀ ਗੱਲ ਕਹੀ ਹੈ ਸ਼ੁਰੂ ਕਿੱਥੋਂ ਹੁੰਦੀ ਹੈ ਮੈਂ ਸੋ ਮੈਂ ਤਾਂ ਖਤਮ ਕਰਨੀ ਹੈ ਬਸ ਟੀਮ ਬਣਾਓ ਟੀਮ ਵਰਕ ਹੈ ਅਸੀਂ ਤੁਸੀਂ ਇਦਾਂ ਕਹਿ ਕੇ ਚੱਲੀਏ ਜਿਹੜੇ ਬੜੇ ਆਏ ਬੜੇ ਬੜੇ ਆਏ ਨੇ ਜਿਹੜੇ ਪੈਂਸੀ ਮੈਂ ਕਦੇ ਹਾਰਦਾ ਹੀ ਨਹੀਂ ਮੈਂ ਕਦੇ ਆਏ ਨਹੀਂ ਕਰਦਾ ਮੈਂ ਕਦੇ ਉਹ ਸਾਰੇ ਲੋਕ ਆ ਜਾਓ ਭਾਈ ਫਰਸ਼ ਤੇ ਤੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਤੁਸੀਂ ਸਾਡੇ ਪਰਿਵਾਰ ਵਿੱਚ ਸ਼ਾਮਲ ਹੋਏ ਹੋ। ਕੋਸ਼ਿਸ਼ ਤਾਂ ਸਾਡੀ ਇਹੀ ਹੁੰਦੀ ਹੈ ਮੰਤਰੀ ਸਾਹਿਬ ਕਿ ਘਰ ਦੇ ਨੇੜੇ ਤੇੜੇ ਵਾਲੇ ਏਰੀਏ 'ਚ ਹੀ ਜਿਹੜੀ ਹੈ ਜੌਬ ਹੋਵੇ। ਉਹਦੇ ਦੋ ਫਾਇਦੇ ਨੇ। ਇੱਕ ਤਾਂ ਤੁਸੀਂ ਫਰੈਸ਼ ਹੋ ਕੇ ਸਵੇਰੇ ਆਰਾਮ ਨਾਲ ਜਾ ਕੇ ਪੂਰਾ ਦਿਨ ਕੰਮ ਕਰੋਗੇ। ਤੁਹਾਡੇ ਉਹ ਟੈਂਸ਼ਨ ਹੀ ਹੋਣੀ ਕਿ ਬਸ ਪਤਾ ਨਹੀਂ ਕਿਹੜੀ ਮਿਲੂਗਾ ਸਵੇਰੇ ਚੱਲੀਏ ਜਾਂ ਕੋਈ ਕਮਰਾ ਲੈਣਾ ਪੈਣਾ ਜਾਂ ਕੋਈ ਹੋਰ ਜਾਂ ਪਰਿਵਾਰ ਕਿ ਕਿੰਨੇ ਮਹੀਨਿਆਂ ਬਾਅਦ ਮਿਲਣਾ ਆਉਂਦਾ ਜਾਂ ਕਿੰਨੇ ਸੋ ਅਸੀਂ ਕੋਸ਼ਿਸ਼ ਹੀ ਕਰਦੇ ਆ ਕਿ ਬਦਲੀਆਂ ਵਾਲਾ ਚੱਕਰ ਪਈ ਨਾ ਪਰ ਫਿਰ ਵੀ ਜੇ ਕੋਈ ਨਵਾਂ ਸਟੇਸ਼ਨ ਮਿਲ ਗਿਆ ਤਾਂ ਉੱਥੇ ਕੰਮ ਕਰਕੇ ਇੱਕ ਵਾਰੀ ਤਜਰਬਾ ਜ਼ਰੂਰ ਲੈ ਕੇ ਦੇਖੋ ਕਲਚਰ ਅਲੱਗ ਹੋ ਜਾਂਦਾ ਹੈ ਕਈ ਵਾਰੀ ਮਾਝੇ ਦਾ ਕਲਚਰ ਹੋ ਰਿਹਾ ਮਾਲਵੇ ਦਾ ਦੁਆਬੇ ਦਾ ਤੋ ਉਹ ਵੀ ਸਿੱਖਣ ਨੂੰ ਮੌਕਾ ਮਿਲਦਾ ਹੈ ਸੋ ਮੈਂ ਇਹੀ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਦਿਨਾਂ 'ਚ ਵੀ ਬਹੁਤ ਸਾਰੀਆਂ ਨੌਕਰੀਆਂ ਮਿਲਣਗੀਆਂ ਉਹਨਾਂ 'ਚ ਵੀ ਤੁਹਾਡੇ ਯਾਰ ਦੋਸਤ ਹੋਣਗੇ ਤੁਹਾਡੇ ਰਿਸ਼ਤੇਦਾਰ ਹੋਣਗੇ ਤਿਆਰੀਆਂ ਕਰੋ ਕਿਤਾਬਾਂ ਪੜਨ ਦਾ ਜ਼ਮਾਨਾ ਹੈ ਉਹ ਜ਼ਮਾਨਾ ਬਦਲ ਵੀ ਕਿਤਾਬਾਂ ਨਾਲ ਹੀ ਸਕਦਾ ਤੇ ਮੌਕਾ ਦੇਣਾ ਉਹ ਸਰਕਾਰ ਦਾ ਫਰਜ਼ ਹੈ ਤੇ ਅਸੀਂ ਕਰਾਂਗੇ ਉਸਪਾ ਕੋਈ ਕਮੀ ਨਹੀਂ ਛੱਡਾਂਗੇ ਕਿ ਮੈਂ ਹਰ ਰੋਜ਼ ਸਵੇਰੇ 7 7:30 ਵਜੇ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਨੇ ਕਿ ਆ ਫਲਾਣੇ ਡਿਪਾਰਟਮੈਂਟ ਦੀ ਹੈ ਜੀ ਹਾਂਜੀ ਮੈਂ ਇਹੀ ਪੁੱਛਦਾ ਲੋਕਾਂ ਨੂੰ ਕੀ ਫਾਇਦਾ ਹੋ ਰਿਹਾ ਇਹਦੇ 'ਚ ਉਹ ਕਹਿੰਦੇ ਲੋਕਾਂ ਨੂੰ ਆ ਫਾਇਦਾ ਹੋ ਰਿਹਾ ਠੀਕ ਆ ਕਰ ਦੋ ਪਿਛਲੇ ਦਿਨੀ ਮਾਰ ਪਈ ਬੇਮੌਸਮੀ ਬਰਸਾਤ ਦੀ ਗੜੇ ਪੈ ਗੇ ਫਾਜਲ ਕਬਲਤਾ ਉਹ ਜਿਹੜਾ ਬਰੋਲਾ ਹੀ ਬਹੁਤ ਵੱਡਾ ਸੀਗਾ ਚੱਕ ਚੱਕ ਕੇ ਸਮਾਨ ਘਰਾਂ ਦੀਆਂ ਛੱਤਾਂ ਚੱਕ ਕੇ ਮਾਰੇ ਆ ਤੇ ਮੈਂ ਗਿਆ ਪਿੰਡਾਂ ਚ ਪੁੱਛਿਆ ਜਾ ਕੇ ਲੋਕਾਂ ਦੱਸਿਆ ਮੈਂ ਆਪ ਵੀ ਦੇਖਿਆ ਆਕੀ ਨੁਕਸਾਨ ਬਹੁਤ ਹੋ ਗਿਆ ਤਾਂ ਸਰਕਾਰਾਂ ਕੋਲੇ ਕਦੇ ਵੀ ਜਿਹੜਾ ਕੁਦਰਤੀ ਆਫਤਾਂ ਦਾ ਪ੍ਰਬੰਧਨ ਹੁੰਦਾ ਨਾ ਉਹਦੇ ਚ ਪੈਸੇ ਦੀ ਕਟ ਨਹੀਂ ਹੁੰਦੀ ਕਦੇ ਵੀ ਸਾਨੂੰ ਕਹੀ ਗਏ ਨੇ ਹੁਣ ਤੱਕ ਹੈ ਨਹੀਂ ਜੀ ਖਜ਼ਾਨਾ ਖਾਲੀ ਹੈ ਜੀ ਨਹੀਂ ਇਹਜੇ ਕੰਮ ਲਈ ਕੋਈ ਖਜ਼ਾਨਾ ਖਾਲੀ ਨਹੀਂ ਹੈਗਾ ਅਸੀਂ 25% ਮੁਆਵਜਾ ਵਧਾ ਕੇ ਫਿਰ ਹੋਰ ਜਿਹੜੀਆਂ ਟੈਕਨੀਕਲ ਗੱਲਾਂ ਜਿਹੜੀਆਂ ਉਹਨਾਂ ਨੂੰ ਜਿਹੜੇ ਪਹਿਲਾਂ ਰਹੇ ਨਾ ਇਹ ਤੋਂ ਪਹਿਲਾਂ ਉਹਨਾਂ ਨੂੰ ਪਤਾ ਹੀ ਨਹੀਂ ਇਹ ਗੱਲਾਂ ਉਹ ਇਸ ਲੈਵਲ ਤੱਕ ਜਾਣਦੇ ਹੀ ਨਹੀਂ ਹੈਗੇ ਉਹ ਸਖਤ ਆਰਡਰ ਦਿੱਤੇ ਨੇ ਸਾਰੇ ਜ਼ਿਲ੍ਹਿਆਂ ਚ ਡੀਸੀਆਂ ਨੂੰ ਕਿ ਜਦੋਂ ਪਟਵਾਰੀ ਤਹਿਸੀਲਦਾਰ ਜਐਸਡੀਐਮ ਗੁਰਦਾਰੀ ਕਰਨ ਜਾਊਗਾ ਉਹ ਕਿਸ ਪਿੰਡ 'ਚ ਕਿਸੇ ਖਾਸ ਬੰਦੇ ਦੇ ਘਰੇ ਬੈਠ ਕੇ ਗੁਰਦਾਰੀ ਨਹੀਂ ਕਰ ਸਕਦਾ ਉਹ ਗੁਰਦੁਆਰਾ ਸਾਹਿਬ 'ਚ ਅਨਾਉਂਸਮੈਂਟ ਕਰਕੇ ਕਿਸੇ ਸਾਂਝੀ ਥਾਂ ਤੇ ਸੱਤ 'ਚ ਬੈਠ ਕੇ ਉਸ ਤੋਂ ਬਾਅਦ ਲੋਕਾਂ ਨਾਲ ਲੈ ਕੇ ਗੁਰਦਾਰੀ ਕਰੇ ਪਹਿਲਾਂ ਕੀ ਹੁੰਦਾ ਸੀ ਕਿਸੇ ਖਾਸ ਬੰਦੇ ਘਰੇ ਬੈਹਿਗੇ ਉੱਥੇ ਪਾਰਟੀਆਂ ਚੱਲ ਪਈਆਂ ਉਹਨੇ ਆਪਦੀ ਵੀ 100% ਨੁਕਸਾਨ ਵਾਲੀ ਲਿਖਾਤੀ ਜਿਹੜੇ 2-4 ਉਹਦੇ ਹਾਹੋਰ ਨੇ ਪਿੰਡ 'ਚ ਉਹ ਵੀ ਲਿਖਾਤੀ ਜਿਨ੍ਹਾਂ ਦੇ ਅਸਲੀ ਨੁਕਸਾਨ ਹੋਇਆ ਫਸਲ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਉਹ ਜਿਹੜਾ ਖਾਸ ਬੰਦਾ ਹੈ ਉਹਦੀ ਨਾਲੇ ਫਸਲ ਠੀਕ ਹੁੰਦੀ ਇਹਨਾਂ ਨੇ ਮੁਆਵਜ਼ਾ ਲੈ ਜਾਂਦਾ ਹੈ ਇਹ ਗੱਲ ਦਾ ਤਾਂ ਪਤਾ ਲੱਗੂਗਾ ਉਹਨਾਂ ਨੂੰ ਜੇ ਉਹ ਥੱਲੇ ਤੱਕ ਧਰਤ ਤੱਕ ਗਏ ਹੋਣਗੇ ਫੇਰ ਇੱਕ ਹੋਰ ਕੀਤਾ ਕਿ ਜਿਹੜਾ ਉਸ ਵੇਲੇ ਖੇਤੀ ਕਰ ਰਿਆ ਉਸ ਜ਼ਮੀਨ ਤੇ ਪੈਸੇ ਉਹਨੂੰ ਮਿਲਣਗੇ ਠੀਕ ਕਿਤੇ ਜ਼ਮੀਨ ਲੈ ਲਈ 20 ਕਿੱਲੇ ਮੈਂ ਲੈ ਲਈ ਮਰ ਗਈ ਗੜੇ ਪੈ ਗੇ ਗੜੇ ਪੈ ਗੇ ਤੇ ਸਰਕਾਰ ਨੇ ਮੁਆਵਜ਼ਾ ਅਨਾਉਂਸ ਕਰਤਾ ਤਾਂ ਜਿਹੜੇ ਅਫਸਰ ਨੇ ਏਸੀ ਕਮਰੇ ਚ ਬੈਠੇ ਕਹਿੰਦੇ ਨੇ ਹਾਂਜੀ ਮੁਆਵਜ਼ੇ ਦੇ ਇੰਨੇ ਪੈਸੇ ਦੇਣੇ ਨੇ ਦੇਣੇ ਨੇ ਲਿਓ ਜੀ ਜੇ ਫਾਰਮ ਤੇ ਰਿਸ਼ੀ ਅਕੜਾ ਲੋ ਜੇ ਫਾਰਮ ਤੇ ਰਿਸ਼ੀ ਅਕੜਾ ਲੋ ਪੈਸੇ ਦੇ ਦਿੱਤੇ ਜੀ ਬੜੇ ਮਾਣ ਨਾਲ ਅਨਾਉਂਸਮੈਂਟ ਕੀਤੀ ਜਾਂਦੀ ਹੈ ਲੀਡਰਾਂ ਵੱਲੋਂ ਵੀ ਇੰਨੇ ਪੈਸੇ ਪਾ ਦੇ ਜੀ ਉਹ ਜੋ ਪਤਾ ਲੱਗਦਾ ਹੈ ਜਿਹੜਾ ਬੰਦੇ ਨੇ ਠੇਕੇ ਤੇ ਲਈ ਸੀ ਉਹਨੂੰ ਤਾਂ ਮਿਲੀ ਨਹੀਂ ਜਿਹੜਾ ਉਹਦਾ ਮਾਲਕ ਸੀ ਜ਼ਮੀਨ ਦਾ ਜੇ ਫਾਰਮ ਤੇ ਰਿਸ਼ੀ ਉਹਦੇ ਨਾਂ ਸੀ ਉਹਨੂੰ ਮਿਲ ਗਈ ਉਹਨੇ ਨਾਲੇ ਤਾਂ ਠੇਕਾ ਲੈ ਲਿਆ ਉਧਰੋਂ ਤੇ ਨਾਲੇ ਮੁਆਵਜ਼ਾ ਲੈ ਲਿਆ ਅਸੀਕਾ ਜਿਹੜਾ ਬੰਦਾ ਉਸ ਵੇਲੇ ਖੇਤ ਸੀਗਾ ਜਦੋਂ ਗੜੇ ਪੈ ਰਹੇ ਸੀ ਤੇ ਉਹਦੀਆਂ ਅੱਖਾਂ ਚੋਂ ਅਥਰੂ ਆ ਰਹੇ ਸੀ ਉਹਦੀਆਂ ਅੱਖਾਂ ਦੇ ਅਥਰੂ ਪੁੰਜਣੇ ਨੇ ਉਹਨੂੰ ਮੁਆਵਜ਼ਾ ਮਿਲੂਗਾ ਕਿਸੇ ਜੇ ਫਾਰਮ ਦੇਖ ਕੇ ਜਾਂ ਕੋਈ ਹੋਰ ਨਹੀਂ ਮਿਲਣਾ ਠੇਕੇ ਦਾ ਸੁਭੋਸਰਾਂ ਤਕਨੀਕਾਂ ਬਦਲ ਗਈਆਂ ਕੰਮ ਕਰਨ ਦੀਆਂ ਅਫਸਰ ਜਿਹੜੇ ਆਫਿਸਸ ਦੇ ਕੰਮ ਕਰਨ ਦੇ ਤਰੀਕੇ ਬਦਲ ਕੇ ਇੱਕੋ ਫਸਲ ਨੂੰ ਬੀਜਣ ਦੇ ਤਿੰਨ ਤਿੰਨ ਤਰੀਕੇ ਆ ਗਏ ਸਪਰੇਅ ਕਰਨ ਦੇ ਤਿੰਨ ਤਿੰਨ ਤਰੀਕੇ ਆ ਗਏ ਪਾਣੀ ਲਾਉਣ ਦੇ ਤਿੰਨ ਤਿੰਨ ਤਰੀਕੇ ਆ ਗਏ ਦਫ਼ਤਰਾਂ 'ਚ ਬਹਿ ਕੇ ਕੰਮ ਕਰਨ ਦੇ ਕਿੰਨੇ ਤਰੀਕੇ ਡਿਜੀਟਲ ਹੋ ਗਿਆ ਐਪ ਖੋਲ ਲੋ ਜੀ WhatsApp ਤੇ ਕੰਮ ਕਰ ਹੋਣ ਲੱਗ ਗਏ ਫੋਟੋ ਖਿੱਚ ਕੇ ਉਧਰ ਬਾਰ ਕੋਡ ਆ ਗਿਆ ਜੀ ਆਹ ਦੇ ਦਿਓ ਬਹੁਤ ਈਜ਼ੀ ਹੋ ਗਿਆ ਕੰਮ ਹੁਣ ਪਹਿਲਾਂ ਵਾਲਾ ਕੰਮ ਨਹੀਂ ਹੈਗਾ ਕਿ ਕਲਰਕ ਜਿਹੜੇ ਸੀਗੇ ਉਹ ਉਹ ਫਾਈਲਾਂ ਥੱਲੇ ਦੱਬੇ ਰਹਿੰਦੇ ਸੀਗੇ ਈ ਫਾਈਲਾਂ ਆ ਗਈਆਂ ਹੁਣ ਸੋ ਅਪਡੇਟ ਕਰਾਂਗੇ ਸਾਰੇ ਪੰਜਾਬ ਨੂੰ ਡਿਜੀਟਲ ਕਰਾਂਗੇ ਸਾਰੇ ਪੰਜਾਬ ਨੂੰ ਹਰ ਆਲਰੇਡੀ ਕਰ ਚੁੱਕੇ ਆ ਅਸੀਂ ਲਰਨਿੰਗ ਲਾਇਸੈਂਸ ਜਿਹੜਾ ਡਰਾਈਵਿੰਗ ਦਾ ਉਹ ਇਹ ਕਰਤਾ ਇਹ ਲਰਨਿੰਗ ਲਾਇਸੈਂਸ ਐਪ ਬਣਾਤੀ ਤੁਸੀਂ ਉੱਤੇ ਜਾਓ ਆਪਣਾ ਨਾਮ ਭਰ ਸਾਰਾ ਕਰਕੇ ਆਧਾਰ ਨੰਬਰ ਪਾ ਕੇ ਉਸੇ ਤੇ ਟੈਸਟ ਦਿਓ ਉਹਦੀ ਰਿਜ਼ਲਟ ਆ ਗਿਆ ਤੇ ਨਾਲ ਹੀ ਕੱਢ ਲਓ ਪ੍ਰਿੰਟ ਆਊਟ ਤੁਹਾਡਾ ਜਿਹੜਾ ਲਰਨਿੰਗ ਲਾਇਸੈਂਸ ਹੈ ਤੁਹਾਡੇ ਘਰ ਹੀ ਤੁਸੀਂ ਆਪ ਹੀ ਬਣਾ ਲਿਆ ਇਹਦੇ ਨਾਲ ਕੀ ਹੋਇਆ ਅਸੀਂ ਪਤਾ ਕੀਤਾ ਇੱਕ ਸਾਲ ਦੇ ਵਿੱਚ ਲਗਭਗ 7.5 ਲੱਖ ਬੰਦੇ ਆਰਟੀ ਆਫਸ ਜਾਂਦੇ ਸੀਗੇ ਲਰਨਿੰਗ ਲਾਇਸੈਂਸ ਲੈਣ ਵਾਸਤੇ ਉਹਨਾਂ ਦੇ ਘੱਟੋ ਘੱਟ 2 ਤੋਂ 3 ਗੀੜੇ ਲੱਗਦੇ ਸੀਗੇ 7.5 ਲੱਖ ਬੰਦੇ ਦੇ ਇੱਕ ਸਾਲ ਦੇ ਜਨਨ ਕਿ 7.5 ਨੂੰ 3 ਗੁਣਾ ਗੱਲ ਚਲੋ ਕਿਸੇ ਦੇ 2 ਵੀ ਲੱਗੇ ਹੋਣੇ 21 ਲੱਖ 21 ਲੱਖ ਗੇੜੇ ਬਚ ਗਏ ਜੀ ਪੰਜਾਬੀਆਂ ਦੇ ਦਫ਼ਤਰਾਂ ਦੇ ਉਹ ਇੰਨਾ ਕਰਨ ਨਾਲ ਕਿ ਕੈਪ ਬਣਾ ਕੇ ਰੱਖਤੀ ਤਨ ਘਰੀ ਘਰੀ ਰਹਿ ਕੇ ਆਪਣਾ ਕੰਮ ਕਰ ਲਿਆ ਲਾਈ ਇਹ ਲਾਇਸੈਂਸ ਲੈ ਲਿਆ ਤੇ 21 ਲੱਖ ਚੱਕਰ ਬਚ ਗਏ ਜੀ ਆਹ ਖੱਜਲ ਖਵਾਰੀਆਂ ਜਿਹੜੀਆਂ ਦੂਰ ਕਰਨੀਆਂ ਨੇ ਇਹ ਸਾਰੇ ਡੀਸੀਜ਼ ਨੂੰ ਕਿਹਾ ਕਿਹ ਹਫ਼ਤੇ ਚ ਦੋ ਵਾਰੀ ਪਿੰਡ ਅਨਾਉਂਸਮੈਂਟ ਕਰਕੇ ਵੱਡਾ ਪਿੰਡ ਚੁਣ ਕੇ ਆਪਣੇ ਏਡੀਸੀ ਨੂੰ ਐਸਟੀਐਮ ਨੂੰ ਤੁਸੀਂ ਦਾ ਰੋਨਾਲ ਲੈ ਕੇ ਜਾਓ ਆਫਿਸ ਜਿਹੜਾ ਉੱਥੇ ਜਾ ਕੇ ਸੱਤ ਚ ਕੰਪਿਊਟਰ ਖੋਲ ਲੋ ਤੇ ਰਜਿਸਟਰੀਆਂ ਆਧਾਰਨ ਲਿੰਕ ਕਰਨਾ ਹੈ ਕਿਸੇ ਦਾ ਕਿਸੇ ਦਾ ਕੋਈ ਪ੍ਰਮਾਣ ਪੱਤਰ ਜਾਤੀ ਪ੍ਰਮਾਣ ਪੱਤਰ ਕੋਈ ਬਣਾਉਣਾ ਸਾਰੇ ਉੱਥੇ ਬਹਿ ਕੇ ਬਣਾ ਕੇ ਆਓ ਪਿੱਪੜਾ ਥੱਲੇ ਬੋੜਾ ਥੱਲੇ ਲੋਕ ਵੀ ਖੁਸ਼ ਹੋਣਗੇ ਬਹੁਤ ਸਾਰੇ ਲੋਕ ਇਹ ਹਜੇ ਨੇ ਜੀ ਜਿਹੜੇ ਸ਼ਹਿਰ ਜਾਣ ਵਾਸਤੇ ਜਿੰਨੂੰ ਸਾਧਨ ਨਹੀਂ ਮਿਲਦੇ ਕੋਈ ਬੰਦਾ ਲੱਭਣਾ ਪੈਂਦਾ ਇੰਨਾ ਕੋਈ ਸਾਧਨ ਹੈ ਤੇ ਜਦੋਂ ਮੈਂ ਤਾਂ ਇਹ ਕਹਿੰਨਾ ਆਪਣੇ ਤੇ ਲਾਉਣਿਆ ਸੀ ਲੀਡਰ ਜਾਂ ਪੋਲਿਟਿਸ਼ੀਅਨ ਕਹਿ ਲੋ ਅਸੀਂ ਤਾਂ ਆਪਣੇ ਆਪ ਨੂੰ ਤਾਂ ਮੰਨਦੇ ਨਹੀਂ ਅਸੀਂ ਤਾਂ ਮੰਨਦੇ ਚਲੋ ਜੋ ਲੋਕਾਂ ਨੇ ਸੇਵਾ ਲਈ ਆ ਉਹ ਕਰ ਰਹੇ ਆ ਜਦੋਂ ਵੋਟਾਂ ਮੰਗਣੀਆਂ ਹੁੰਦੀਆਂ ਨੇ ਉਦੋਂ ਅਸੀਂ ਰੈਲੀਆਂ ਵੀ ਕਰਦੇ ਆ ਰੋਡ ਸ਼ੋ ਵੀ ਕਰਦੇ ਆ ਗਲੀਆਂ ਵਿੱਚ ਦੀ ਤੇ ਜੇ ਕਿਸੇ ਖੇਤ ਖੇਤ ਚ ਚਾਰ ਕਰ ਰਹੇ ਨੇ ਕਿਤੇ ਢਾਣੀ ਕਹਿੰਦੇ ਉਹਨੂੰ ਕਿਤੇ ਕੋਠੇ ਕਹਿੰਦੇ ਆ ਕਿਤੇ ਡੇਰਾ ਵੀ ਕਹਿੰਦੇ ਆ ਕਿਸ ਲੱਕੇ ਚ ਉੱਥੇ ਵੀ ਜਾਂਦੇ ਆ ਸਾਰੇ ਮਹਾਰਾਜ ਖਿਆਲ ਰੱਖਿਓ ਜੀ ਐਨੀ ਤਰੀਕ ਨੂੰ ਤੇ ਜਦੋਂ ਜਿੱਤ ਜਾਂਦੇ ਆ ਉਦੋਂ ਕਹਿੰਦੇ ਨੇ ਚੰਡੀਗੜ੍ਹ ਆ ਜੀ ਨਾ ਇਹ ਗੱਲ ਤਾਂ ਚੰਡੀਗੜ੍ਹ ਉਹਨਾਂ ਕੋਲ ਜਾਊਗਾ ਹੁਣ ਇਹ ਬਦਲਦਾ ਸਾਰੇ ਐਮਐਲਏ ਨੂੰ ਕਿਹਾ ਸਾਰੇ ਡੀਸੀਜ਼ ਨੂੰ ਕਿਹਾ ਕਿ ਕੰਮ ਲੋਕਾਂ ਦੇ ਕਰ ਜਾ ਕਰੋ ਡੋਰ ਟੂ ਡੋਰ ਡਿਲੀਵਰੀ ਦਿਓ ਹੁਣ ਬੁਢਾਪਾ ਪੈਨਸ਼ਨ ਉਹ ਲਗਦੀ ਤਾਂ ਵੀ ਬਜ਼ੁਰਗ ਜਿਹੜੇ ਹੋ ਗਏ ਇਹਨਾਂ ਤੋਂ ਤੁਰਿਆ ਫਿਰਿਆ ਘਟ ਜਾਂਦਾ ਹੁਣ ਕੰਮ ਨਹੀਂ ਹੁੰਦਾ ਇਸ ਕਰਕੇ ਇਹਨਾਂ ਨੂੰ ਪੈਨਸ਼ਨ ਦਈ ਹੈ ਤੇ ਬੁਢਾਪਾ ਪੈਨਸ਼ਨ ਚ ਕਹਿੰਦੇ ਫਲਾਨੀ ਬੈਂਕ ਚ ਜਾਓ ਉਥੇ ਲਾਈਨ ਚ ਲੱਗੋ ਡੇਢ ਘੰਟਾ ਫਿਰ ਉਦੋਂ ਬਾਅਦ ਮਿਲ ਜੂਦਣ ਜੇ ਇਹ ਨਹੀਂ ਕਰ ਸਕਦੇ ਹੁੰਦੇ ਉਹ ਦਿਹਾੜੀ ਤੇ ਨਾ ਚਲੇ ਜਾਂਦੇ ਫਿਰ ਉਹ ਉਹ ਕੰਮ ਨਾ ਕਰ ਲੈਂਦੇ ਹੋਰ ਕੋਈ ਸੋ ਅਸੀਂ ਬੁਢਾਪਾ ਪੈਨਸ਼ਨ ਜਿਹੜੀ ਹੈ ਉਹ ਡੋਰ ਟੂ ਡੋਰ ਕਰ ਰਹੇ ਆਂ ਜਲਦੀ ਡਿਲੀਵਰੀ ਸ਼ੁਰੂ ਹੋ ਜੂਗੀ ਦੋ ਬੰਦੇ ਆਉਣਗੇ ਬੈਂਕ ਦਾ ਇੱਕ ਕੋਲੇ ਜਿਹੜਾ ਗੂਠਾ ਲੰਮਾਉਣ ਵਾਲਾ ਬਾਇਓਮੈਟ੍ਰਿਕ ਹੁੰਦਾ ਹੈ ਯੰਤਰ ਉਹ ਲੈ ਜਾਣਗੇ ਨਾਲ ਪੈਸੇ ਵਾਲਾ ਬੰਦਾ ਉਹ ਨਾਲ ਘਰ ਦੇ ਵਿੱਚ ਬੇਬੇ ਬਾਪੂ ਪਏ ਨੇ ਮੰंजे ਤੇ ਗੂਠਲਵਾਇਆ ਪੈਨਸ਼ਨ ਦੇਤੀ ਇਹਦੇ ਨਾਲ ਇੱਕ ਹੋਰ ਸਮੱਸਿਆ ਹੱਲ ਹੋਊਗੀ 70% ਘਰਾਂ 'ਚ ਇਹ ਸਮੱਸਿਆ ਹੁੰਦੀ ਹੈ ਮੁੰਡਾ ਕੀ ਕਰਦਾ ਬਾਪੂ ਤੁਝੇ ਬੇਬੇ ਤੋਂ ਗੁੱਠਾ ਲਵਾ ਲੰਦਾ ਹੈ। ਬੜਾ ਪਾ ਪੈਂਚਰ ਵਾਲੇ ਚੈੱਕ ਤੇ। ਪੈਸੇ ਕਢਾ ਲੰਦਾ ਪਰ ਪੈਸੇ ਦਿੰਦਾ ਨਹੀਂ ਉਹਨਾਂ ਨੂੰ। ਜਦੋਂ ਅਸੀਂ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਫੜਾ ਤੇ ਬੇਬੇ ਬਾਪੂ ਭਾਵੇਂ ਅਗਲੇ ਹੱਥ ਨਾਲ ਆਪਦੇ ਮੁੰਡੇ ਨੂੰ ਜਾਂ ਆਪਦੇ ਕੁੜੀ ਨੂੰ ਦੇ ਦੇਣ ਪਰ ਅਸੀਂ ਇੱਕ ਵਾਰੀ ਜਿਹੜਾ ਲਾਹ ਪਾਤਰੀ ਆ ਉਹਦੇ ਹੱਥ 'ਚ ਪੈਸੇ ਫੜਾਉਣਾ। ਇਹ ਬਹੁਤ ਵੱਡੀ ਸਮੱਸਿਆ ਹੈਗੀ ਆ ਸੋਸ਼ਲ। ਇੰਨੀਆਂ ਗੱਲਾਂ ਉਹਨਾਂ ਨੂੰ ਪਤਾ ਹੋਊਂਗਿਆ। ਉਹ ਡੜੀਓ ਬੰਦਾ ਚੱਕ ਲਿਆ ਮਹਿਲਾਂ ਦੀਆਂ, ਉਹ ਡੇਡੇ ਦਰਵਾਜ਼ੇ ਲਾ ਲੇ, ਉਹ ਡੇਡੇ ਕੁੰਡੇ ਲੱਗੇ ਉਹਨੇ ਅੰਦਰੋਂ ਬੰਦ ਕਰ ਲੇ। ਬਾਹਰ ਨਿਕਲੀ ਨਹੀਂ। ਲੋਕ ਕਹਿੰਦੇ ਚੰਗਾ ਠੀਕ ਹੈ ਫਿਰ ਲੋਕਾਂ ਨੇ ਬਾਹਰੋਂ ਬੰਦ ਕਰਤੇ। ਹੁਣ ਖੜਕਾਈ ਜਾਂਦੇ ਕਹਿੰਦੇ ਗੁੰਡਾ ਖੋਲੋ ਕਹਿੰਦੇ ਅਸੀਂ ਨਹੀਂ ਖੋਲਦੇ। ਸਭ ਪੰਜਾਬ 'ਚ ਆਪਾਂ ਅਮਨ ਸ਼ਾਂਤੀ ਰੱਖਣੀ ਹੈ। ਭਾਈਚਾਰਾ ਨਾ ਰਹਿਣ ਵਾਲੇ ਲੋਕ ਆ। ਪਉ ਤੇਰੇ ਕਾਲੇ ਦਿਨ ਦੇਖ ਲੈ ਹੁਣ ਪੰਜਾਬ ਲੀਡ ਕਰੂਗਾ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਚਾਹੇ ਉਹ ਆਜ਼ਾਦੀ ਦੀ ਜੰਗ ਹੋਵੇ ਚਾਹੇ ਉਹ ਗ੍ਰੀਨ ਰੈਵਲੂਸ਼ਨ ਹੋਵੇ ਕੋਈ ਵੀ ਨਵੀਂ ਜਿਹੜੀ ਕੋਈ ਡਿਵੈਲਪਮੈਂਟ ਹੁੰਦੀ ਹੈ ਕੋਈ ਨਵਾਂ ਆਈਡੀਆ ਆਉਂਦਾ ਪੰਜਾਬ ਉਹਨੂੰ ਅਡਾਪਟ ਕਰਦਾ ਸੋ ਹੁਣ ਆਪਣਾ ਟਾਈਮ ਜਿਹੜਾ ਹੈ ਉਹ ਤਰੱਕੀਆਂ ਕਰਦਾ ਆ ਸਭ ਤੋਂ ਬੈਸਟ ਟਾਈਮ ਹੈ ਹੁਣ ਕਿ ਪੰਜਾਬੀਆਂ ਲਈ ਪੜ ਕੇ ਵੱਡੀਆਂ ਡਿਗਰੀਆਂ ਤੇ ਲੱਗিয়ে ਤੇ ਡਿਸੀਜਨ ਮੇਕਰ ਬਣੀਏ ਪੜਾਈ ਨਾਲ ਆ ਜਿਹੜੇ ਪੜ੍ਹਾਉਣਾ ਵਾਲੇ ਨੇ ਉਹਨਾਂ ਤੋਂ ਬਚ ਲਿਓ ਉਂਗਲ ਆਉਣਾਂ ਤਾਂ ਹਰੇਕ ਪਿੰਡ ਚੋਂ ਹੁੰਦਾ ਦੇਖੋ ਉਂਗਲ ਆਉਣ ਵਾਲੇ ਹਰੇਕ ਪਿੰਡ ਚੋਂ ਹੁੰਦੇ ਆ ਓਕੇ ਕੋਈ ਬੰਦਾ ਸੀ ਉਹ ਲਾਲਾ ਜੀ ਦੀ ਦੁਕਾਨ ਤੇ ਗਿਆ ਜਾਨ ਸਰ ਖਲ ਦੀ ਬੋਰੀ ਤੇ ਬਹਿ ਗਿਆ ਖਲ ਦੀ ਬੋਰੀ ਤੇ ਬੈਠ ਕੇ ਕੋਲੇ ਸ਼ਹਿਦ ਵਾਲਾ ਪੀਪਾ ਪਿਆ ਸੀ ਉਹਚ ਉਂਗਲ ਸ਼ਹਿਦ ਦੀ ਭਰੀ ਇਹਦਾ ਕੰਦਰਾ ਲਾ ਕੇ ਕਹਿੰਦਾ ਲਾਲਾ ਜੀ ਆਹ ਕੀ ਰੱਖੀ ਬੈਠਿਆ ਹੋ। 5 ਮਿੰਟਾਂ ਬਾਅਦ ਉਹ ਸ਼ਹਿਦ ਤੇ ਮੱਖੀਆਂ ਆ ਗਈਆਂ। ਮੱਖੀਆਂ ਦੇਖ ਕੇ ਕੋ ਕੋ ਛਿਪਕ ਲਈ ਆ ਗਈ ਕੋਲਕਲੀ ਆ ਗਈ। ਕੋਲਕਲੀ ਨੂੰ ਦੇਖ ਕੇ ਚੂਹਾ ਪੈ ਨਿਕਲਿਆ ਕੋਲਕਲੀ ਨੂੰ। ਜੋ ਚੂਹਾ ਦੇਖਿਆ ਲਾਲੇ ਵਾਲੀ ਬਿੱਲੀ ਪੈ ਗਈ ਚੂਹੇ ਨੂੰ। ਉਧਰ ਕੋਈ ਗਾਹ ਕਾਗਾ ਉਹਦੇ ਕੋਲ ਕੁੱਤਾ ਸੀ ਉਹ ਕੁੱਤਾ ਬਿੱਲੀ ਨੂੰ ਪੈ ਗਿਆ। ਲਾਲੇ ਕੋਲੇ ਸੋਟੀ ਸੀ ਉਹਨੇ ਸੋਟੀ ਮਾਰ ਕੇ ਕੁੱਤਾ ਮਾਰਤਾ। ਉਹਦੇ ਨਾਲ ਮਾਲਕ ਗੁੱਸੇ ਹੋ ਗਿਆ ਉਹਨੇ 5 ਕਿਲੋ ਦਾ ਬੱਟਾ ਚੱਕ ਕੇ ਲਾਲਾ ਜੀ ਦੇ ਸਿਰ 'ਚ ਮਾਰਿਆ ਉਹ ਲਹੂ ਲਾਨ ਹੋ ਗਿਆ ਉਹ ਜਿਹੜਾ ਖਲ ਦੀ ਬੋਰੀ ਤੇ ਬੈਠਾ ਸੀ ਉਂਗਲ ਵਾਲਾ ਉਹ ਕਹਿੰਦਾ ਲਾਲਾ ਜੀ ਤੁਹਾਡਾ ਤਾਂ ਬਾਧਾ ਜ਼ਿਆਦਾ ਵੱਧ ਗਿਆ ਮੈਂ ਕਦੇ ਫੇਰ ਆਉਂ ਤਾਂ ਲੰਘ ਗਿਆ ਆ ਦੇਖੋ ਇੱਕ ਉਂਗਲ ਲਾਉਣ ਨਾਲ ਕਿੰਨਾ ਸਿਆਪਾ ਪੈ ਗਿਆ ਸੋ ਇਹਨਾਂ ਤੋਂ ਬਚਿਓ ਆਪ ਤਾਂ ਇਹ ਪਰਾਂ ਹੋ ਜਾਂਦੇ ਨੇ ਲੋਕਾਂ ਨੂੰ ਮਰਵਾ ਦਿੰਦੇ ਨੇ ਸੋ ਮੈਂ ਅੱਜ ਦੇ ਇਸ ਤੁਹਾਡੇ ਸਾਰਿਆਂ ਦੇ ਖੁਸ਼ੀ ਦੇ ਦਿਹਾੜੇ 'ਚ ਸ਼ਾਮਲ ਹੋਣਾ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਤੁਹਾਡੇ ਕੋਲੇ ਬਹੁਤ ਸਾਰੇ ਇਹੋ ਜਿਹੇ ਲੋਕ ਆਉਣਗੇ ਜਿਹੜੇ ਬਹੁਤ ਦੁਖੀ ਹੋਣਗੇ ਇੱਕ ਤੁਹਾਡੇ ਸਾਈਨ ਕਰਨੇ ਜਾਂ ਫਾਈਲ ਨੂੰ ਅੱਗੇ ਭੇਜਣਾ ਐਨੇ ਨਾਲ ਹੀ ਉਹਨਾਂ ਦੀ ਜ਼ਿੰਦਗੀ 'ਚ ਕਾਫੀ ਵੱਡਾ ਬਦਲਾਅ ਆ ਸਕਦਾ ਹੈ ਇਸ ਕਰਕੇ ਲੋਕਾਂ ਦੇ ਦੁੱਖਾਂ ਨੂੰ ਅੱਧੇ ਕਰ ਦਿਓ ਲੋਕਾਂ ਦੇ ਪਿਆਰ ਨਾਲੀ ਮੇਲੀ ਲਓ ਨਾ ਅੱਧਾ ਦੁੱਖ ਤਾਂ ਤਾਈਂ ਟੁੱਟ ਜਾਂਦਾ ਕਿ ਅੱਜ ਮੈਂ ਦਫ਼ਤਰ ਗਿਆ ਪਿਆਰ ਨਾਲ ਮਿਲ ਲਈ ਹਾਂਜੀ ਬਜ਼ੁਰਗੋ ਬੈਠੋ ਪਹਿਲਾਂ ਪਾਣੀ ਪੀਓ ਹਾਂ ਦੱਸੋ ਕੀ ਕੰਮ ਹੈ ਕੋਈ ਨਹੀਂ ਬਜ਼ੁਰਗੋ ਇਹ ਚਾ ਕਾਟ ਘਾਟ ਇਹਨੂੰ ਐ ਪੂਰੀ ਕਰ ਦਿਓ ਉਹ ਕੁਆ ਉਹ ਕੁਏ ਮੈਨੂੰ ਤਾਂ ਜੀ ਪਰਮਾਤਮਾ ਦਾ ਰੂਪ ਹੀ ਮਿਲ ਗਿਆ ਜੀ ਫਲਾਣੇ ਦਫ਼ਤਰ ਚ ਸੋ ਇਸ ਕਰਕੇ ਬਹੁਤ ਖੱਜਲ ਖਵਾਰੀਆਂ ਇਹਦੋਂ ਪਹਿਲਾਂ ਹੋ ਗਈਆਂ ਬੁੱਧਵਾਰ ਨੂੰ ਆਇਓ ਜੀ ਵੀਰਵਾਰ ਨੂੰ ਆਇਓ ਜੀ ਉਹ ਬੁੱਧਵਾਰ ਵੀਰਵਾਰ ਹੀ ਨਹੀਂ ਆਏ ਦੁਬਾਰਾ ਕਦੇ ਸੋ ਇਸ ਕਰਕੇ ਹੁਣ ਆਪਾਂ ਜਨਰੇਸ਼ਨ ਚੇਂਜ ਵੋਟਰਾਂ ਦੀ ਵੀ ਹੋਗੀ ਜਨਰੇਸ਼ਨ ਚੇਂਜ ਲੀਡਰਾਂ ਦੀ ਵੀ ਹੋਗੀ ਤਾਂ ਫਿਰ ਕੰਮ ਕਰਨ ਦਾ ਵੀ ਆਪਾਂ ਸਪੀਡ ਜਿਹੜੀ ਅਪ ਕਰਨੀ ਹੈ ਤੇ ਵਧੀਆ ਸਰਵਿਸਿਜ਼ ਦੇਣੀਆਂ ਤੁਹਾਡੇ ਕੋਲੇ ਬਹੁਤ سارے ਲੋਕ ਆਉਣਗੇ ਤੁਹਾਡੇ ਕੋਲੇ ਜਿਹੜਾ ਅੱਜ ਪੈਨ ਮਿਲ ਰਿਹਾ ਤੁਹਾਨੂੰ ਉਹਦੇ ਨਾਲ ਬਹੁਤ ਸਾਰੇ ਘਰਾਂ ਦੇ ਚੁੱਲਿਆਂ ਦੀ ਅੱਗ ਜੁੜੀ ਹੋਈ ਹੈ ਕੋਈ ਗਲਤ ਸਾਈਨ ਕਰਕੇ ਕਿਸੇ ਦੀ ਅੱਗ ਬੁਝਾਉਣ ਬੁਝਾਇਓ ਨਾ ਸਭ ਨੂੰ ਸਹੀ ਸਾਈਨ ਕਰਕੇ ਜੇ ਅਗ ਬਲਦੀ ਕਰਤੀ ਤਾਂ ਜਿਹੜੀਆਂ ਦਵਾਵਾਂ ਮਿਲਣਗੀਆਂ ਉਹਨਾਂ ਦਾ ਦੁਨੀਆ ਦੀ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈਗਾ ਜੀ ਅੱਜ ਡਾਲਰ 80 ਰੁਪਏ ਹੈ 82 ਰੁਪਏ ਪਰ ਜਿਹੜੀਆਂ ਦਵਾਵਾਂ ਨੇ ਜਾਂ ਸਕੂਨ ਹੈ ਜਿਹੜਾ ਵਧੀਆ ਕੰਮ ਕਰਕੇ ਇਮਾਨਦਾਰੀ ਨਾਲ ਜਿਹੜਾ ਸਕੂਨ ਮਿਲਦਾ ਉਹ ਦੁਨੀਆ 'ਚ ਕਿਸੇ ਕਰੰਸੀ 'ਚ ਕੋਈ ਬਾ ਨਹੀਂ ਹੈਗਾ ਔਰ ਜਦੋਂ ਕੋਈ ਜ਼ਿੰਮੇਵਾਰੀ ਪੈਂਦੀ ਹੈ ਤਾਂ ਫਿਰ ਬਹੁਤ ਧਿਆਨ ਨਾਲ ਚੱਲਣਾ ਪੈਂਦਾ ਰਲ ਮੇਲ ਸਈਆਂ ਪਾਣੀ ਨੂੰ ਗਈਆਂ ਰਲ ਮੇਲ ਸਈਆਂ ਪਾਣੀ ਨੂੰ ਗਈਆਂ ਕੋਈ ਕੋਈ ਮੁੜਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਡਰ ਡਰ ਕੇ ਸੋ ਪ੍ਰਮਾਤਮਾ ਹਰੇਕ ਦਾ ਘੜਾ ਨਹੀਂ ਭਰਦਾ ਜ਼ਿੰਮੇਵਾਰੀਆਂ ਵਾਲਾ ਕਿਸੇ ਕਿਸੇ ਦਾ ਭਰਦਾ ਤੇ ਜ਼ਿੰਮੇਵਾਰੀ ਵਾਲਾ ਘੜਾ ਜੀ ਦਾ ਭਰਤਾ ਤੇ ਭਰ ਕੇ ਸਿਰ ਤੇ ਧਰਤਾ ਤਾਂ ਫਿਰ ਉਹਨਾਂ ਨੂੰ ਕਦਮ ਜਿਹੜੇ ਨੇ ਉਹ ਬਹੁਤ ਕੇਅਰਫੁਲੀ ਬਹੁਤ ਸਾਵਧਾਨੀ ਨਾਲ ਪੈਰ ਰੱਖਣੇ ਪੈਂਦੇ ਨੇ ਉੱਪਰ ਜ਼ਿੰਮੇਵਾਰੀ ਵਾਲਾ ਕੜਾ ਉਹ ਡਿੱਗੂਗਾ ਤਾਂ ਕੜਾ ਟੁੱਟੂਗਾ ਤਾਂ ਫਿਰ ਗਲਤ ਹੋਊਗਾ ਸੋ ਸਾਡੇ ਗੁਰੂਆਂ ਪੀਰਾਂ ਸ਼ਾਇਰਾਂ ਸ਼ਹੀਦਾਂ ਨੇ ਸਾਨੂੰ ਬਹੁਤ ਕੁਝ ਦੱਸਿਆ ਹੋਇਆ ਹੈ ਜ਼ਿੰਦਗੀ ਦੇ ਤਜਰਬੇ ਕਿ ਜਿਸ ਯਾਰੀ ਵਿੱਚ ਮਤਲਬ ਹੋਵੇ ਉਹ ਕਦੇ ਤੋੜ ਨਾ ਚੜਦੀ ਜਿਸ ਯਾਰੀ ਵਿੱਚ ਮਤਲਬ ਹੋਵੇ ਉਹ ਕਦੇ ਤੋੜ ਨਾ ਚੜਦੀ ਚਾਦਰ ਲੀਰੋ ਲੀਰ ਮੁਹੰਮਦ ਜਿਹੜੀ ਕੰਡਿਆਂ ਦੇ ਨਾਲ ਅੜਦੀ ਸੋ ਦੋਸਤ ਜਿਹੜਾ ਹੈ ਹਿੰਦੀ ਦਾ ਲਫਜ਼ ਹੈ ਬੋਰ ਤਾਂ ਨਹੀਂ ਹੋ ਰੇ ਨਾ ਨਹੀਂ ਮੈਂ ਤਾਂ ਚਲੇ ਜਾਣਾ ਮੈਂ ਸੈਕਟੇਟ ਜਾਣਾ ਉੱਥੇ ਫੈਸਲਾ ਮੰਗਾ ਲੈਣੀ ਹੈ ਮੈਂ ਤਾਂ ਮੈਨੂੰ ਇਹ ਵੀ ਤੁਸੀਂ ਯੰਗ ਮੁੰਡੇ ਕੁੜੀਆਂ ਮੇਰੇ ਅੱਗੇ ਬੈਠੇ ਨੇ ਤਾਂ ਤੁਸੀਂ ਇਹ ਸੁਨੇਹਾ ਜਦੋਂ ਕਈ ਨਾ ਗੁਣਾ ਕਰਕੇ ਦਿਓਗੇ ਤਾਂ ਇਹ ਗੱਲ ਜਿਹੜੀ ਅੱਗੇ ਜਾਊਗੀ। ਦੋਸਤ ਲਫ਼ਜ਼ ਦਾ ਜਿਹੜਾ ਮਤਲਬ ਹੈ ਉਹ ਇਹਦੇ ਤਿੰਨ ਅੱਖਰਾਂ ਦੇ ਵਿੱਚ ਹੀ ਲਿਛਿਆ ਹੋਇਆ ਹੈ। ਦੋਸਤ ਇੱਕ ਡੈਸ਼ ਲਾ ਦਿਓ ਬਸ ਦੋ ਤੋਂ ਬਾਅਦ ਦੋ ਸਤਿ ਦੋ ਸਚਾਈਆਂ ਜੇ ਇੱਕ ਪਾਸੇ ਸੱਚ ਹੈ ਇੱਕ ਵਾਰ ਝੂਠ ਹੈ ਜਦ ਦੇ ਨਹੀਂ ਚੱਲਣਾ। ਦੋ ਸਤਿ ਦੋਸਤ ਸੋ ਸਚਾਈ ਜਿਹੜੀ ਹੈ ਅੱਜ ਦੇ ਜ਼ਮਾਨੇ 'ਚ ਉਹ ਲੱਭਣੀ ਔਖੀ ਹੋਇਆ ਪਰ ਲੱਭ ਜਾਂਦੀ ਹੈ ਜੇ ਕੋਈ ਲੱਭਣ ਤੁਰ ਜੇ ਸੱਚ ਦਾ ਸੂਰਜ ਨਹੀਂ ਚੜਨਾ ਜੋ ਲੋਕਾਂ ਦੇ ਦਿਲ 'ਚੋਂ ਇਹ ਡਰ ਨਹੀਂ ਜਾਂਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਰਾਤ ਲੰਮੀ ਹੋਣ ਦਾ ਮਤਲਬ ਸੂਰਜ ਮਰ ਨਹੀਂ ਜਾਂਦਾ ਜਿਨ੍ਹਾਂ ਦੇ ਲੱਖਾਂ ਤੋਂ ਕਰੋੜਾਂ ਬਣ ਜਾਂਦੇ ਨੇ ਉਹ ਮੈਨੂੰ ਬੁਲਾਉਂਦੇ ਪਏ ਨੇ ਜਾ ਸਕਦਾ ਵਾਂ ਪਰ ਨਹੀਂ ਜਾਂਦਾ ਸਾਹਾਂ ਦਾ ਭਾਰ ਹੀ ਸਭ ਤੋਂ ਵੱਧ ਭਾਰੀ ਹੈ ਮੈਂ ਫਰਕ ਲਿਆ ਜਰਾ ਸੋਚੋ ਡੁੱਬਣ ਤੋਂ ਬਾਅਦ ਬੰਦਾ ਤਰ ਨਹੀਂ ਜਾਂਦਾ ਪਹਿਲਾ ਬੰਦਾ ਡੁੱਬਦਾ ਪਾਣੀ ਛਲ ਮਾਰਦੇ ਤੂੰ ਜਦੋਂ ਸਾਹ ਉਹਨੇ ਬੰਦ ਹੋ ਜਾਂਦੇ ਤਾਂ ਆ ਜਾਂਦਾ ਇਹਦਾ ਮਤਲਬ ਭਾਰੀ ਕੌਣ ਹੋਇਆ ਸਾਹ ਸੋ ਕਿੰਨੀਆਂ ਗੱਡੀਆਂ ਵੱਡੀਆਂ ਗੱਲਾਂ ਗਹਿਰੀਆਂ ਗੱਲਾਂ ਲੋਕਾਂ ਨੇ ਲਿਖੀਆਂ ਨੇ ਕਿਤਾਬਾਂ ਪੜੋ ਲਾਇਬ੍ਰੇਰੀਆਂ 'ਚ ਬੈਠੋ ਅਸੀਂ ਲਾਇਬ੍ਰੇਰੀਆਂ ਖੋਲ ਰਏ ਆ ਈ ਲਾਇਬ੍ਰੇਰੀਆਂ ਡਿਜੀਟਲ ਲਾਇਬ੍ਰੇਰੀਆਂ ਤਾਂ ਕਿ ਸਾਡੀ ਜਿਹੜੀ ਜਨਰੇਸ਼ਨ ਹੈ ਉਹਨੂੰ ਪੜਨ ਦਾ ਸ਼ੌਕ ਹੋਵੇ ਸ਼ੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਸਟੋਲ ਵਾਲੀ ਫੋਟੋ ਤਾਂ ਦੇਖ ਲੈਂਦੇ ਆਪਾਂ ਕਿਤਾਬ ਵਾਲੀ ਨਹੀਂ ਦੇਖੀ ਹੋਣੀ ਤੁਸੀਂ ਕਦੇ ਕਿੰਨੀ ਉਹ ਕਿਤਾਬਾਂ ਪੜ੍ਹਦੇ ਸੀ ਕਿੰਨੀ ਨੌਲੇਜ ਸੀ ਉਹਨਾਂ ਨੂੰ ਖੁਦ ਵੀ ਲਿਖਦੇ ਸੀ ਸੋ ਪੰਜਾਬੀ ਜਿਹੜੇ ਨੇ ਸ਼ਾਇਰ ਬਹੁਤ ਅੱਛੇ-ਅੱਛੇ ਨੇ ਸਾਡੇ ਕੋਲੇ ਪਾਠਕ ਬਹੁਤ ਘੱਟ ਨੇ ਸੋ ਜਿੰਨਾ ਵੀ ਸਿੱਖਿਆ ਜਾਂਦਾ ਸਿੱਖੋ ਸੋਸਾਇਟੀ ਦੇ ਵਿੱਚ ਇੱਕ ਦੂਜੇ ਦੀ ਹੈਲਪ ਕਰਕੇ ਹੀ ਅੱਗੇ ਵਧਿਆ ਜਾ ਸਕਦਾ ਇੱਕ ਦੂਜੇ ਦੀਆਂ ਲੱਤਾਂ ਖਿੱਚ ਕੇ ਨਹੀਂ ਜਾ ਸਕਦੇ ਸਾਡੇ ਹੁਣ ਇਹੀ ਹੋ ਗਿਆ ਰਵਾਜ ਵੀ ਗਵਾਂਢੀ ਜਿੱਦੋਂ ਨੂੰ ਭੱਜ ਜਾਂਦਾ ਉਦੋਂ ਨਹੀਂ ਭੱਜ ਲੋ ਨਾ ਗਵਾਂਢੀ ਨੂੰ ਪਤਾ ਕਿੱਧਰ ਜਾ ਰਿਹਾ ਨਾ ਆਪਾਂ ਨੂੰ ਪਤਾ ਹੈ ਉਹ ਆਦਮੀ ਬਹੁਤ ਦੁਖੀ ਹੈ ਜਿਸ ਕਪੜੋਸੀ ਸੁਖੀ ਹੈ ਜੇ ਗਵਾਂਢੀ ਕਾਰ ਲੈ ਲੈ ਇਹ ਨਹੀਂ ਸੋਚਦੇ ਹੈਗੇ ਆਪਾਂ ਕਿ ਮੈਂ ਵੀ ਮਿਹਨਤ ਕਰਕੇ ਇਤੋਂ ਵੱਡੀ ਕਾਰ ਲਵਾਂਗਾ ਆਹੀ ਸੋਚੀ ਜਾਣੇ ਕੋਈ ਗੱਲ ਨਹੀਂ ਹਾਰਨ ਮਾਰ ਕੇ ਲੰਘਦਾ ਛਰੀਟਾਂ ਪਾਵਾਂਗੇ ਛਰੀਟਾ ਪਾਉਣ ਵਾਲ ਬਣ ਗਏ ਅਸੀਂ ਸਹੀ ਨੇ ਨਾ ਗੱਲਾਂ ਸੋ ਮੈਂ ਤਾਂ ਤੁਹਾਨੂੰ ਇਹ ਦੱਸ ਰਿਹਾ ਮੈਂ ਕੋਈ ਵਿਦਵਾਨ ਨਹੀਂ ਹੈਗਾ ਮੈਂ ਕੋਈ ਮੈਂ ਵੀ ਤੁਹਾਡੇ ਵਰਗਾ ਹੀ ਹਾਂ ਪਰ ਇਹ ਗਿਆਨ ਇੱਕ ਦੂਜੇ ਨਾਲ ਸ਼ੇਅਰ ਕਰ ਲੈਣਾ ਚਾਹੀਦਾ ਮੈਂ ਤੁਹਾਨੂੰ ਦੱਸੂਗਾ ਤੁਸੀਂ ਅੱਗੇ ਦੱਸ ਦੋਗੇ ਤਾਂ ਇੱਕ ਬੰਦੇ ਦੇ ਵੀ ਪੱਲੇ ਪੈ ਗਈ ਕੋਈ ਗੱਲ ਵਧੀਆ ਗੱਲ ਹੈ ਔਰ ਕਦੇ ਵੀ ਹਿੰਮਤ ਨਹੀਂ ਹਾਰਨੀ ਇਹ ਨਹੀਂ ਸੋਚਣਾ ਕਿ ਮੈਂ ਤਾਂ ਬਸ ਯਾਰ ਮੇਰੀ ਕਿਸਮਤ ਮਾੜੀ ਹੈ ਪਤਾ ਨਹੀਂ ਕੀ ਮਤ ਯਕੀਂ ਕਰ ਆਪਣੇ ਹੱਥ ਦੀਆਂ ਲਕੀਰਾਂ ਉੱਪਰ ਮਤ ਯਕੀਂ ਕਰ ਆਪਣੇ ਹੱਥ ਦੀਆਂ ਲਕੀਰਾਂ ਉੱਪਰ ਨਸੀਬ ਤੋਂ ਉਨ੍ਹਾਂ ਦਾ ਵੀ ਹੁੰਦਾ ਹੈ ਜਿਨ੍ਹਾਂ ਕੇ ਹੱਥ ਹੀ ਨਹੀਂ ਹੁੰਦੇ ਉਹ ਵੀ ਰੋਟੀ ਖਾਂਦੇ ਨੇ ਜਿਨ੍ਹਾਂ ਦੇ ਹੱਥ ਵੀ ਨਹੀਂ ਹੈਗੇ ਮੈਂ ਆਪਣੇ ਘਰੇ ਕਾਫੀ ਦੇਰ ਤੋਂ ਕਈ ਸਾਲਾਂ ਤੋਂ ਐ ਬੈਡਰੂਮ ਦੇ ਵਿੱਚ ਜਿਹੜਾ ਵਾਲ ਕਲੌਕ ਹੈ ਉਹਦੇ ਸੈਲਡ ਆਡ ਰੱਖੇ ਨੇ ਮੈਂ ਵਾਲ ਕਲੌਕ ਦੇ ਖੜਾ ਹੈ ਮਤਲਬ ਆਪਣੇ ਕਲਚਰ ਚ ਮੰਨਿਆ ਜਾਂਦਾ ਹੈ ਇਹ ਆਪਣੇ ਖੜੀ-ਖੜੀ ਨਹੀਂ ਰੱਖਣੀ ਚਾਹੀਦੀ ਘਰੇ ਮੇਰੀ ਮਾਂ ਮੈਨੂੰ ਕਹਿੰਦੀ ਆ ਪੁੱਤ ਪੇ ਸੱਲ ਪਾ ਲਵੇ ਖੜੀ-ਖੜੀ ਮਾਰੀ ਹੁੰਦੀ ਹੈ ਪਰ ਮੈਂ ਉਸ ਘੜੀ ਤੋਂ ਬਹੁਤ ਪ੍ਰੇਰਨਾ ਲੈਂਦਾ ਜੀ ਪ੍ਰੇਰਨਾ ਕਿਵੇਂ ਹਰ ਫੀਲਡ ਦੇ ਵਿੱਚ ਆਪਣੀ ਮਾਂ ਇੱਛਾ ਮੁਤਾਬਕ ਰਿਜ਼ਲਟ ਨਹੀਂ ਆਉਂਦੇ ਸਟੂਡੈਂਟ ਸੋਚਦਾ ਮੇਰੇ 95% ਨੰਬਰ ਆਉਣਗੇ 80% ਤੇ ਰਹਿ ਜਾਂਦਾ ਫਿਲਮੀ ਆਰਟਿਸਟ ਸੋਚਦਾ ਐ ਇਸ ਫਿਲਮ ਤੋਂ ਬਾਅਦ ਬਸ ਮੈਂ ਸੁਪਰਸਟਾਰ ਬਣ ਜਾਊਗਾ ਫਿਲਮ ਸੁਪਰ ਫਲॉप ਹੋ ਜਾਂਦੀ ਐ ਬਿਜ਼ਨਸਮੈਨ ਸੋਚਦਾ ਮੈਂ ਐ ਫੈਕਟਰੀ ਲਾ ਕੇ ਉਦੋਂ ਬਾਅਦ ਫਿਰ ਟਰਨਓਵਰ ਮੇਰੀ ਐਨੇ ਕਰੋੜ ਦੀ ਹੋ ਜੂ ਉਹ ਫੈਕਟਰੀ ਘਾਟਾ ਪਾ ਦਿੰਦੀ ਐ ਲੀਡਰ ਸੋਚਦਾ ਕਿ ਮੈਂ ਇੰਨੀਆਂ ਸੀਟਾਂ ਲੈ ਕੇ ਐਂ ਕਰ ਦੂੰਗਾ ਆਪ ਦਬਦੇ ਵਾਲੀ ਸੀਟ ਹਾਰ ਜਾਂਦਾ ਉਸ ਵੇਲੇ ਫਿਰ ਕੀ ਹੁੰਦਾ ਨੈਗੇਟਿਵਿਟੀ ਆਉਣੀ ਸ਼ੁਰੂ ਹੋ ਜਾਂਦੀ ਐ ਬੰਦੇ ਦੇ ਦਿਮਾਗ 'ਚ ਕਿ ਮੈਂ ਰੱਬ ਦੇ ਕੀ ਮਾਂ ਮਾਰੇ ਮੇਰੇ ਨਾਲ ਹੀ ਐਂ ਕਿਉਂ ਹੁੰਦਾ ਕਈ ਥਾਂ ਤੇ ਤਾਂ ਡਿਪਰੈਸ਼ਨ ਚਲੇ ਜਾਂਦੇ ਨੇ खुद खुशियां तक गलवा जांदी है उस वेले तुसी ना जदों ਤੁਹਾਡੇ ਦਿਮਾਗ ਚ ਇਹ ਜੀ ਗੱਲ ਆਵੇ ਉਹ ਜਿਹੜੀ ਖੜੀ ਘੜੀ ਹੈ ਨਾ ਉਹਦੇ ਵੱਲ ਦੇਖੋ ਕੁਦਰਤ ਦੇ ਕਾਨੂੰਨ ਮੁਤਾਬਕ ਅਕੋਰਡਿੰਗ ਟੂ ਲਾ ਆਫ ਦਿਸ ਨੇਚਰ ਇੱਕ ਖਰਾਬ ਘੜੀ ਵੀ 24 ਘੰਟਿਆਂ ਚ ਦੋ ਵਾਰੀ ਸਹੀ ਟਾਈਮ ਦਿੰਦੀ ਹੈ 12:05 ਤੇ ਘੜੀ ਖਰਾਬ ਹੋਗੀ ਇੱਕ ਵਾਰੀ ਦਿਨੇ ਇੱਕ ਵਾਰੀ ਰਾਤ ਨੂੰ ਭਾਵੇਂ ਇੱਕ ਪਲ ਲਈ ਹੀ ਸਹੀ ਪਰ ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਹਿ ਸਕਦੇ ਤੁਝੇ ਡੈਡ ਚੀਜ਼ 24 ਘੰਟਿਆਂ 'ਚ ਦੋ ਵਾਰੀ ਸਹੀ ਹੋ ਸਕਦੀ ਐ ਸਾਡੇ ਸਾਹ ਤਾਂ ਚੱਲਦੇ ਨੇ ਅੱਜ ਤਾਂ ਜ਼ਿਆਦਾ ਵਾਰ ਸਹੀ ਹੋ ਸਕਦੇ ਆ ਐਫਰਟ ਚਾਹੀਦੀ ਐ ਬਸ ਐਫਰਟ ਸੋ ਕਹਿੰਦੇ ਨਾ ਕਿ ਰੋਏ ਬਿਨਾ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਠੀਕ ਐ ਨਾ ਐਫਰਟ ਕਰਨੀ ਬਹੁਤ ਜ਼ਰੂਰੀ ਐ ਕਿਸੇ ਮੈਂ ਨਹੀਂ ਕਹਿਣਾ ਕਿ ਕੋਈ ਘਾਰੀ ਤੁਹਾਡਾ ਕਿਸਮਤ ਕੁੰਡਾ ਖੜਕਾਵੇ ਫਿਰ ਤੁਸੀਂ ਕੁੰਡਾ ਖੋਲਣਾ ਸੋ ਮਿਹਨਤ ਜਿਹੜੀ ਐ ਉਹਦਾ ਫਲ ਜ਼ਰੂਰ ਮਿਲਦਾ ਐ ਔਰ ਜਦੋਂ ਮਿਹਨਤ ਦਾ ਫਲ ਮਿਲਦਾ ਉਹ ਮਿੱਠਾ ਹੁੰਦਾ ਐ ਤੁਕ ਤੇ ਇਧਰੋਂ ਉਧਰੋਂ ਆਪਾਂ ਨੂੰ ਕੋਈ ਐਵੇਂ ਕੋਈ ਰੂੰਗੇ ਚ ਮਿਲ ਜੇ ਚੀਜ਼ ਨਾ ਉਹਦਾ ਉਨਾ ਮਜ਼ਾ ਨਹੀਂ ਆਉਂਦਾ ਜਿੰਨਾ ਤੁਸੀਂ ਮਿਹਨਤ ਕਰਕੇ ਅਚੀਵ ਕੀਤਾ ਜਿਵੇਂ ਕਿ ਅੱਜ ਬਹੁਤ ਸਾਰੇ ਨੇ ਪਹਿਲਾਂ ਪੜ੍ਹੇ ਮੰਜ਼ਿਰ ਰੱਖੀ ਪੇਪਰ ਦਿੱਤਾ ਪੇਪਰ ਵਾਲੇ ਦਿਨ ਤਿਆਰੀ ਕੀਤੀ ਸਵੇਰੇ 4 ਵਜੇ ਉੱਠ ਕੇ ਪੇ ਤਿਆਰੀ ਕੀਤੀ ਵੀ ਅੱਜ ਰਿਵੀਜ਼ਨ ਕਰ ਲੈਨੇ ਆ ਉਸ ਤੋਂ ਬਾਅਦ ਆਪਦੇ ਹਿਸਾਬ ਨਾਲ ਤਾਂ ਨੰਬਰ ਆਪਾਂ ਉਸੇ ਵੇਲੇ ਦੇ ਲੈਨੇ ਆ ਇਹ ਕਹਾਂ ਮੈਂ ਠੀਕ ਕਰਤਾ ਆ ਕਰਤਾ ਆ ਐਚਓ ਵੀ ਦੇਈ ਦੇਉ ਦੋ ਤਾਂ ਐ ਕਰਕੇ ਆਪਾਂ ਤਾਂ ਮਤਲਬ 80-85 ਤਾਂ ਬਣਾ ਹੀ ਲੈਨੇ ਹੁੰਨੇ ਆਪਾਂ ਹਨਾ ਸੋ ਉਸ ਤੋਂ ਬਾਅਦ ਫਿਰ ਰਿਜ਼ਲਟ ਆਇਆ ਗਏ ਹੋਣਗੇ ਕਿੱਥੇ ਜੇ ਨਾਮ ਆ ਗਿਆ ਨਾਮ ਆ ਗਿਆ ਗੁਰਦੁਆਰਾ ਸਾਹਿਬ ਗਏ ਮੰਦਰ ਗਏ ਜਿੱਥੇ ਵੀ ਮੱਥਾ ਟੇਕਿਆ ਸੀ ਉੱਥੇ ਗਏ ਤੇ ਹੁਣ ਫਿਰ ਦੁਬਾਰਾ ਕਿਹਾ ਵੀ ਹੁਣ ਮੈਨੂੰ ਨੌਕਰੀ ਵਿੱਚ ਇਤਿਆਜ਼ ਜ਼ਿਆਦਾ ਨ ਆ ਗਿਆ ਤੇ ਆ ਦਿਨ ਜਿਹੜਾ ਸਭ ਤੋਂ ਵੱਧ ਖੁਸ਼ੀਆਂ ਵਾਲਾ ਦਿਨ ਹੈ ਸੋ ਤੁਹਾਡੇ ਲਈ ਹੋਰ ਵੱਧ ਖੁਸ਼ੀਆਂ ਲੈ ਕੇ ਆਵੇ ਪਰਿਵਾਰਾਂ 'ਚ ਤੰਦਰੁਸਤੀਆਂ ਬਣਿਆ ਰਹਿਣ ਪੰਜਾਬ ਸਾਡਾ ਤਰੱਕੀ ਕਰੇ ਔਰ ਤੁਸੀਂ ਇਸ ਪੰਜਾਬ ਦੀ ਰੀਡ ਦੀ ਹੱਡੀ ਦਾ ਇੱਕ ਮਣਕਾ ਅੱਜ ਬਣਨ ਜਾ ਰਿਹਾ ਔਰ ਰੀਡ ਦੀ ਹੱਡੀ ਦਾ ਇੱਕ ਇੱਕ ਮਣਕਾ ਜਿਹੜਾ ਉਹਦੀ ਓਨੀ ਹੀ ਵੈਲਿਊ ਹੈ ਉਹ ਕਹਿੰਦੇ ਆ ਨਾ ਕਿ 1 ਰੁਪਈਏ ਨੂੰ ਘੱਟ ਨਾ ਜਾਣੇ ਤੁਸੀਂ ਇੱਕ ਮੈਂ ਮੰਨਦਾ ਕਿ 1 ਰੁਪਈਆ ਲੱਖ ਰੁਪਏ ਦੇ ਬਰਾਬਰ ਨਹੀਂ ਹੁੰਦਾ 1 ਰੁਪਈਆ ਲੱਖ ਦੇ ਬਰਾਬਰ ਨਹੀਂ ਹੁੰਦਾ ਪਰ ਲੱਖ ਨੂੰ ਇਹ ਕਹਦੇ ਹੋ ਕਿ ਹੰਕਾਰ ਨਾ ਕਰੀ ਜੇ ਲੱਖ ਚੋਂ 1 ਰੁਪਈਆ ਕ ਕੱਢ ਦਈਏ ਰਹਿ ਜਾਂਦਾ ਉਹ ਵੀ ਨਹੀਂ ਲੱਖ ਫਿਰ ਉਨਰੇਨ 1999 ਬਣ ਜਾਂਦਾ ਨਾ ਸੋ ਹਰ ਇੱਕ ਚੀਜ਼ ਦੀ ਵੈਲਿਊ ਹੈ ਹਰ ਮਣਕੇ ਦੀ ਵੈਲਿਊ ਹੈ ਮਾਲਾ ਦੇ ਵਿੱਚ ਹਰ ਮਣਕੇ ਦੀ ਵੈਲਿਊ ਹੈ ਤੁਸੀਂ ਕਿਸੇ ਅਫਸਰ ਤੋਂ ਘਟਣਾ ਸਮਝੋ ਆਪਣੇ ਆਪ ਨੂੰ ਤੁਸੀਂ ਇੱਕ ਸਰਕਲ ਦਾ ਤੁਸੀਂ ਇੱਕ ਪਰਿਵਾਰ ਦਾ ਹਿੱਸਾ ਹੋ ਔਰ ਪੰਜਾਬ ਪਰ ਪੰਜਾਬ ਪਰਿਵਾਰ ਕੌਣ ਹੈ ਪੰਜਾਬ ਹੈ ਲਾਣੇਦਾਰ ਤੁਸੀਂ ਮੈਨੂੰ ਚੁਣ ਰੱਖਿਆ ਮੈਂ ਕੋਸ਼ਿਸ਼ ਕਰੂੰਗਾ ਕਿ ਸਭ ਦੀਆਂ ਸਮੱਸਿਆਵਾਂ ਵੀ ਸੁਣਾ ਸੁਝਾਅ ਵੀ ਸੁਣਾ ਕੋਈ ਮੈਂ ਮੇਰੇ 'ਚ ਕਮੀ ਹੋਵੇ ਤਾਂ ਮੈਂ ਉਹ ਵੀ ਤੁਹਾਡੇ ਮੂੰਹੋਂ ਸੁਣਾ ਤੇ ਉਹਨੂੰ ਠੀਕ ਕਰਾਂ ਕੋਈ ਗਲਤੀ ਹੋਈ ਹੋਵੇ ਉਹਨੂੰ ਠੀਕ ਕਰੀਏ ਇਹ ਹੀ ਮੇਰੀ ਅੱਜ ਤੁਹਾਨੂੰ ਬੇਨਤੀ ਹੈ ਔਰ ਮੈਂ ਉਮੀਦ ਕਰਦਾ ਕਿ ਤੁਸੀਂ ਬਹੁਤ ਖੁਸ਼ੀ ਖੁਸ਼ੀ ਅੱਜ ਕਰੇ ਜਾਓਗੇ ਤੁਹਾਡੇ ਬਜ਼ੁਰਗਾਂ ਨੂੰ ਮੇਰੇ ਵੱਲੋਂ ਮੱਥਾ ਟੇਕਿਓ ਪੈਰੀਂ ਪਿਓ ਔਰ ਬਜ਼ੁਰਗਾਂ ਦੀ ਸੇਵਾ ਕਰਨਾ ਸਾਡਾ ਫਰਜ ਹੈ ਔਰ ਜਿਹੜੇ ਜਿਹੜੀ ਕੌਮ ਦੇ ਵਿੱਚ ਕਹਿੰਦੇ ਅ ਗਿਰਦਾ Ashram ਜਹਾ ਦੇ ਖੁੱਲ ਜਾਂਦੇ ਨੇ ਇਹਦਾ ਮਤਲਬ ਇਹ ਹੁੰਦਾ ਕਿ ਉੱਥੋਂ ਦੀ ਔਲਾਦ ਜਿਹੜੀ ਹੈ ਉਹ ਚੰਗੀ ਨਹੀਂ ਨਿਕਲੀ ਸੋ ਆਪਾਂ ਵਿੜਦਾ ਆਸ਼ਰਮ ਘਟਾਉਣੇ ਨੇ ਸਕੂਲ ਖੋਲਣੇ ਨੇ ਕਾਲਜ ਖੋਲਣੇ ਨੇ ਔਰ ਹਸਪੀਟਲ ਖੋਲਣੇ ਨੇ ਇਨਫਰਾਸਟ੍ਰਕਚਰ ਤੇ ਵੱਡੇ ਵੱਡੇ ਜਿਹੜੇ ਕਾਰੋਬਾਰੀਆਂ ਦੇ ਦਫ਼ਤਰ ਹੋਣ ਇੱਥੇ ਤਾਂ ਕਿ ਸਾਡਾ ਪੰਜਾਬ ਜਿਹੜਾ ਉਹ ਦੇਖਣ ਚ ਲੱਗੇ ਕਿ ਪੰਜਾਬ ਹੈ ਤੇ ਜੋ ਸਾਡਾ ਬੱਚਾ ਇੱਥੋਂ ਦਾ ਪੜਿਆ ਹੋਇਆ ਸ਼ਿਕਾਗੋ ਦੇ ਵਿੱਚ ਕੋਈ ਟੈਸਟ ਦਿੰਦਾ ਹੋਵੇ ਜਾਂ ਇੱਥੋਂ ਪੜ ਕੇ ਉਹ ਕਿਤੇ ਸਿਆਟਲ ਦੇ ਵਿੱਚ ਜਾਂ ਕਿਤੇ ਨਿਊਯਾਰਕ ਦੇ ਵਿੱਚ ਕੋਈ ਟੈਸਟ ਦਿੰਦਾ ਹੋਵੇ ਤਾਂ ਉਹਨੂੰ ਕੋਈ ਪੁੱਛਿਆ ਜਾਵੇ ਕਿ ਪੜ੍ਹਾਈ ਕਿੱਥੋਂ ਹੋਈ ਹੈ ਤਾਂ ਉਹ ਕਵੇ ਪੰਜਾਬ ਤੋਂ ਤਾਂ ਸਾਹਮਣੇ ਵਾਲਾ ਕਵੇ ਓਕੇ ਦੈਨ ਇਟਸ ਵੈਰੀ ਗੁੱਡ ਸੋ ਦਾ ਮਤਲਬ ਲੈਵਲ ਆਫ ਲੈਵਲ ਆਫ ਐਜੂਕੇਸ਼ਨ ਅਸੀਂ ਉੱਪਰ ਚੱਕਣਾ ਚਾਹੁੰਦੇ ਆ ਨਹੀਂ ਤਾਂ ਹਰ ਤੀਜੀ ਬਿਲਡਿੰਗ ਤੇ ਲਿਖਿਆ ਆ ਹਾਈਲਿਟਸ ਕਰੋ ਚਲੋ ਕੈਨੇਡਾ ਚਲੋ ਨਿਊਜ਼ੀਲੈਂਡ ਹਾਈਲਿਟਸ ਨੂੰ ਡਿਗਰੀ ਮੰਨ ਲਿਆ ਪਤਾ ਉਹ ਤਾਂ ਅੰਗਰੇਜ਼ੀ ਦਾ ਇੱਕ ਛੋਟਾ ਜਿਹਾ ਟੈਸਟ ਹੈ ਉਹਦਾ ਮੈਟ੍ਰੀਬੋਲੀਅਨ ਚ ਵੀ ਲਿਖਣ ਲੱਗ ਗਏ ਪਾਪਾ ਤਾਂ ਕਿ ਸਾਢੇ 6 ਬੈਂਡ ਮੁੰਡੇ ਲਈ ਸਾਢੇ 7 ਬੈਂਡ ਕੁੜੀ ਚਾਹੀਦੀ ਹੈ ਮੈਂ ਕਿਹਾ ਪਹਿਲਾਂ ਰੇਡੀਓ ਹੁੰਦੇ ਸੀ ਇਹ ਬੈਂਡ ਪਤਾ ਨਹੀਂ ਹੁਣ ਆਪਣੇ ਬੰਦਿਆਂ ਚ ਵੀ ਆ ਗਏ ਸੋ ਆਪਾਂ ਸਕਿੱਲ ਡਵੈਲਪਮੈਂਟ ਵੱਲ ਧਿਆਨ ਦੇਈਏ ਜ਼ਮਾਨਾ ਸਕਿੱਲਡ ਆ ਗਿਆ ਕੁਛ ਨਾ ਕੁਛ ਬੰਦੇ ਨੂੰ ਰੱਬ ਨੇ ਕਲਾ ਦਿੱਤੀ ਹਰੇਕ ਬੰਦੇ ਨੂੰ ਕਿਸੇ ਦੀ ਲਿਖਾਈ ਬਹੁਤ ਸੋਹਣੀ ਹੈ ਕੋਈ ਗਾਉਂਦਾ ਬਹੁਤ ਵਧੀਆ ਕੋਈ ਲਿਖਦਾ ਬਹੁਤ ਵਧੀਆ ਕੋਈ ਪ੍ਰੋਡਿਊਸਰ ਹੈ ਕੋਈ ਐਕਟਰ ਹੈ ਹਰ ਬੰਦੇ ਨੂੰ ਰੱਬ ਨੇ ਕੋਈ ਨਾ ਕੋਈ ਕਲਾ ਦਿੱਤੀ ਹੈ ਬਸ ਉਹ ਕਲਾ ਨੂੰ ਨਿਖਾਰ ਦਈਏ ਉਹ ਕਲਾ ਨਿਖਾਰਨ ਵਾਸਤੇ ਹਰਜੋਤ ਸਿੰਘ ਬੈਂਸ ਜੀ ਸਕੂਲ ਆਫ ਐਮੀਨੈਂਸ ਤੇ ਲੱਗੇ ਹੋਏ ਨੇ ਕਿ ਉਹ ਜਿਹੜੇ ਫੀਲਡ ਦੇ ਵਿੱਚ ਬੱਚੇ ਦਾ ਇੰਟਰਸਟ ਬਣਦਾ ਹੈ ਅਸੀਂ ਉਸੇ ਫੀਲਡ 'ਚ ਲੈ ਕੇ ਜਾਵਾਂਗੇ ਉਹਨੂੰ ਜੇ ਉਹ ਖੇਡਾਂ ਵੱਲ ਜਾਣਾ ਚਾਹੁੰਦਾ ਉਹਨੂੰ 8ਵੀਂ ਤੋਂ ਹੀ ਕੋਚ ਦੇ ਦਿਓ 12ਵੀਂ ਤੱਕ ਜਾਂਦੇ ਜਾਂਦੇ ਐਕਸਪਰਟ ਬਣ ਜਾਊਗਾ ਉਹ ਜੇ ਉਹ ਡਾਕਟਰ ਬਣਨਾ ਚਾਹੁੰਦਾ ਉਹਨੂੰ ਮੈਡੀਕਲ ਵਾਲੇ ਪਾਸੇ ਲੈ ਕੇ ਜਾਓ ਜੇ ਇੰਜੀਨੀਅਰ ਬਣਨਾ ਚਾਹਦਾ ਤਾਂ ਉਦਲੇ ਪਾਸੇ ਲੈ ਕੇ ਜਾ ਨਾ ਕਿ ਉਹ ਤੇ ਪੱਥਪੀਏ ਕਿ ਤੂੰ ਆਹ ਬਣਨਾ ਹੈ ਬੱਚਾ ਕਹੇ ਮੈਂ ਕੁਝ ਹੋਰ ਬਣਨਾ ਹੈ ਮਾਪੇ ਕਹਣ ਨਹੀਂ ਆਹੀ ਬਣਨਾ ਫਿਰ ਉਹ ਬੱਚੇ ਦਾ ਮਾਨ ਨਹੀਂ ਕਰਦਾ ਪੜਾਈ ਬਹੁਤ سارے ਬੱਚੇ ਨੇ ਜਿਹੜੇ ਕਹਿੰਦੇ ਨੇ ਮਾਪਿਆਂ ਵਾਸਤੇ ਕਰੀਏ ਡਿਗਰੀ ਉਹ ਕੰਮ ਦਿਲ ਮਿਹਰਾਜ ਦਿਨੋਂ ਕਰਦਾ ਸੋ ਇਸ ਕਰਕੇ ਸਕੂਲ ਆਫ ਫੈਮਿਲੀਅਰ ਇਸ ਗੱਲ ਦੇ ਵਿੱਚ ਬਹੁਤ ਯੋਗਦਾਨ ਪਾਉਣਗੇ ਕਿ ਅਸੀਂ ਬੱਚਿਆਂ ਦੇ ਸਹੀ ਟੈਲੇਂਟ ਨੂੰ ਲੱਭ ਕੇ ਉਹਨੂੰ ਸਹੀ ਦਿਸ਼ਾ ਵੱਲ ਅਸੀਂ ਉਨੂੰ ਉਹਦੇ ਕੈਰੀਅਰ ਨੂੰ ਪੇਛ ਸਕਦੇ ਆ ਕੈਰੀਅਰ ਕਾਉਂਸਲਿੰਗ ਜਿਹੜੀ ਹੈ ਉਹ ਪਹਿਲਾਂ ਇੱਥੇ ਹੁੰਦੀ ਨਹੀਂ ਸੀ ਆਪਾਂ ਪੰਜਾਬ 'ਚ ਸ਼ੁਰੂ ਕਰ ਰਹੇ ਆ ਤੁਸੀਂ ਇੰਨੇ ਪਿਆਰ ਸਤਿਕਾਰ ਮਾਨ ਨਾਲ ਮੈਨੂੰ ਇੱਥੇ ਸੁਣਿਆ ਗੱਲ-ਗੱਲ ਤੇ ਤੁਸੀਂ ਮੇਰਾ ਮਾਨ ਸਤਿਕਾਰ ਬਧਾਇਆ ਤਾੜੀਆਂ ਬਜਾ ਕੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge ਲੋਕੋਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤੋ ਫਿਰ ਮਿਲenge ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਜੋ ਜਿੰਦਾ ਰਹੇਗੇ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ